आ जाओ लोगों नूं भड़काइए धर्मां वाली तीली लाइए, आ जाओ लोगों नूं भड़काइए धर्मां वाली तीली लाइए। किन्ने कु असीं पढ़े लिखे हाँ, आओ अपनी सोच दिखाइए। मूहों दूही कुछ नहीं बनना, मूहों दूही कुछ नहीं बनना। एक दो दे सिर पड़वाइए, नित नवा कोई शोशा छड़िए, ते फिरका बाद हिस्सा पाइए। सुलझी सोच तो की लैना है, मरबी मजबी ताने नू उलझाइए। अपने नू ता आखिए चंगा, ते दूजियां दा मजाक उड़ाइए। साढ़े जीता रहन सलामत, दूजियां नू सूली तड़वाइए। कट्टरता दा कीड़ा बिंदरा हर बंदे दे, आओ लड़ाइए। कट्टरता दा कीड़ा बिंदरा हर बंदे दे, आओ लड़ाइए। दर्शक साढ़े समझ गए होंगे जी, ये लाइना बिल्कुल ढुकदियां ने। कल जो पटियाले दे विच होया है, बहुत वड्डे पद्धर ते, इहदे बारे भी गल करांगे बाद च। ये लाइना सानू इटली तो भेजियां ने बिंदर। इन्हां लाइना नाल मैं हाजर हाँ जगतार सिंह जग्गी। सब तो पहले जस पंजाबी देखने वाले ते पंजाबी माँ बोली नूं प्यार करन वाले प्यारे प्यारे पंजाबियों नूं मेरे वालों हमेशा ही तरह प्यार भरी सत श्री अकाल, नमस्कार, आदाब, सलाम, हैलो है, ते नाल दी नाल बहुत बहुत निघा स्वागत जी अज दे इस लाइव शो दे विच। वीकेंड आ गया, वीकेंड ते बहुत सारे लोगों को चाह हुंदा वी रज के सोवांगे, ते कईआं विचारिआं नूं पहिलां नाल भी तड़के उठना पैंदा। ये एक दूजी गल ये है भी जदों इदां होवे भी अज हुण रज के सोना तड़के उठना नहीं हैगा, वेले हैगे आ, ते उदों एक पिंडां च शब्द वरतीआं हुंदीआं सी बीबीआं लेडीज़ बजुर्ग आटा, उदों आटा जाग तड़के आती है। आटा एक लफ्ज़ वरतिया जाता सी भी जिहनूं कहना होवे भी उदों तां मतलब कि पक्का ही जाग तड़के आ जांदी आ। सो कोई गल नहीं जी, जिवें सब हैगे ठीक है। प्रोग्राम शुरू करन तो पहलां अज दीआं एक दो गल्लां जिहड़ियां कर लईए। कल दा विशा जिहड़ा उहनूं थोड़ा जिहा कंटिन्यू करना पैणा आपां नूं, अज माड़ा जिहा मैं ही करूँगा ते नाल नाल खत्म कर देंगे, ते कल्लां वेले आपां फिर गल होर करांगे। कल एक 29 एकड़ जमीन दा रौला पिया सी कि ਉਹ ਸਰਕਾਰ ਨੇ ਕਬਜ਼ਾ ਛੁਡਾਇਆ। ਨਾਲ ਲੱਗਦੀ ਗੱਲ ਇੱਕ ਹੋਰ ਦੱਸ ਦਈਏ, ਅਜਨਾਲਾ ਦੇ ਭਿੱਖੀ ਔਲਖ ਪਿੰਡ ਤੋਂ ਅੱਜ 10 ਏਕੜ ਜ਼ਮੀਨ ਜਿਹੜੀ ਆ ਉਹਦਾ ਕਬਜ਼ਾ ਅਧਿਕਾਰੀਆਂ ਨੇ ਛੁਡਵਾਇਆ। ਮੰਤਰੀ ਸਾਹਿਬ ਉੱਥੇ ਨਹੀਂ ਗਏ ਸੀ, ਅਤੇ ਹੁਣ ਮੈਨੂੰ ਲੱਗਦਾ ਵੀ ਜਿੱਦਾਂ ਬਿਜਲੀ ਦੇ ਬਿੱਲ ਵੀ ਆਪੇ ਭਰੀ ਜਾਂਦੇ ਨੇ, ਅਤੇ ਬਾਹਲੇ ਲੋਕਾਂ ਨੇ ਪਤਾ ਵੀ ਹੁਣ ਛੱਡਣਾ ਨਹੀਂ ਬਣਨੀ ਗੱਲ, ਤਾਂ ਛੱਡਣੇ ਪੈਣੇ ਆ, ਅਤੇ ਆਪਣੇ ਆਪ ਕਬਜ਼ੇ ਛੱਡਣੇ ਸ਼ੁਰੂ ਕਰਦੇ ਨੇ। ਕੱਲ ਗੱਲ ਹੋਈ ਸੀ ਵੀ ਉਹ ਹੈ ਕਿਹਦੀ ਸੀ ਜ਼ਮੀਨ, ਅਤੇ ਕਿਹਦਾ ਉਹ ਥਾਪੜਾ ਸੀ ਉਹਨੂੰ ਜਿਹੜੀ ਕੱਲ੍ਹ ਛੜਵਾਈ ਆ, ਅੱਜ 2 ਕੁ ਦਿਨ ਪਹਿਲਾਂ 29 ਏਕੜ ਦੀ ਜਿਹੜੀ ਗੱਲ ਕਰਦੇ ਸੀ ਆਪਾਂ, ਜਿਹੜੀ ਇੱਕ ਗੱਲ ਕਰਦੇ ਸੀ ਵੀ ਖੱਬੇ ਮੇਰੇ ਖੱਬੇ ਸੱਜੇ ਜਿਹੜੇ ਦੋ ਮਹਾਨ ਬੰਦੇ ਨੇ, ਇੱਕ ਪਾਸੇ ਸੁੱਖ ਵਿਲਾਸ ਹੋਟਲ ਹੈ ਸੁਖਬੀਰਵਾਲ ਸਾਹਿਬ ਦਾ, ਦੂਜੇ ਪਾਸੇ ਕੈਪਟਨ ਸਾਹਿਬ ਦਾ ਸਿਸਵਾਂ ਵਾਲਾ ਮਹਿਲ ਹੈ, ਅਤੇ ਵਿਚਾਲੇ ਉੱਥੇ ਨੇੜੇ ਤੇੜੇ ਜ਼ਮੀਨ ਪੈਂਦੀ ਸੀ ਅਤੇ ਬਹੁਤ ਮਹਿੰਗੀ, ਜਿਵੇਂ ਅਸੀਂ ਗੱਲ ਕੀਤੀ ਸੀ ਕੱਲ੍ਹ। ਤਾਂ ਗੱਲ ਇੱਥੇ ਆ ਕੇ ਰੁਕ ਗਈ ਸੀ ਵੀ ਭਾਈ ਇਹ ਬੰਦਾ ਕਿਹਦਾ ਪਾਇਆ, ਵਿਕਰਮ ਸਿੰਘ ਜਿਹੜਾ ਕੈਪਟਨ ਵਿਕਰਮ ਸਿੰਘ ਹੈ ਉਹਨੂੰ ਥਾਪੜਾ ਕਿਹਦਾ ਸੀ, ਬਿਨਾਂ ਥਾਪੜੇ ਤਾਂ ਕੁਛ ਨਹੀਂ ਹੋ ਸਕਦਾ, ਕਿਹਦਾ ਉਹਨੂੰ ਐਨ ਚੰਗੀ ਤਰ੍ਹਾਂ ਦੱਸਿਆ ਸੀ ਵੀ ਤੂੰ ਭਾਈ ਪਰਵਾਹ ਨਾ ਕਰ ਅਸੀਂ ਬੈਠੇ ਹਾਂ। ਉਹ ਗੱਲ ਇਉਂ ਹੋਈ ਜੀ, ਕਹਿ ਸਕਦੇ ਹਾਂ ਵੀ ਥਾਪੜਾ ਉਹ ਬੰਦਾ ਇੰਨਾ ਕੁ ਤੇਜ਼ ਆ ਕੈਪਟਨ ਵਿਕਰਮ ਸਿੰਘ, ਜਿਹੜੀ ਸਰਕਾਰ ਹੋਵੇ ਜਾਂ ਜਿਹੜੀ ਸਰਕਾਰ ਆਉਣ ਦੀ ਸੰਭਾਵਨਾ ਹੋਵੇ ਉਹਦੇ 'ਚ ਚੱਲ ਜਾਂਦਾ। 2014 'ਚ ਕਹਿੰਦੇ ਉਹ ਆਮ ਆਦਮੀ ਪਾਰਟੀ ਵੱਲੋਂ ਵੀ ਚੋਣਾਂ ਲੜ ਚੁੱਕਾ ਹੈ ਲੋਕ ਸਭਾ ਦੀਆਂ, ਉੱਥੇ ਗੱਲ ਨਹੀਂ ਬਣੀ ਅਤੇ ਉਹ ਫਿਰ ਭੱਜ ਕੇ ਛਾਲ ਮਾਰ ਕੇ ਚਲੇ ਗਿਆ ਕਾਂਗਰਸ ਦੇ ਵਿੱਚ। ਕਾਂਗਰਸ ਦੇ ਵਿੱਚੋਂ ਕਾਂਗਰਸ ਦਾ ਕਹਿੰਦੇ OSD ਵੀ ਸ਼ਾਇਦ ਰਿਹਾ, ਕੈਪਟਨ ਅਮਰਿੰਦਰ ਸਿੰਘ ਦਾ OSD ਵੀ ਰਿਹਾ ਜਿਹੜਾ ਆਫਿਸਰ ਔਨ ਸਪੈਸ਼ਲ ਡਿਊਟੀ ਹੁੰਦਾ। ਚਲੋ ਉੱਥੇ ਵੀ ਫਿਰ ਗੱਲ ਗੁੱਲ ਨਹੀਂ ਬਣੀ, ਫਿਰ ਲੱਗਿਆ ਹੋਣਾ ਉਹਨੂੰ ਵੀ ਹੁਣ ਅਕਾਲੀ ਦਲ ਦੀ ਸਰਕਾਰ ਆ ਜਾਣੀ ਹੈ, ਕਿਉਂਕਿ ਬਦਲਾ ਅਦਲਾ ਬਦਲੀ ਹੁੰਦੀ ਹੈ, ਵੀ ਐਤਕੀ ਅਕਾਲੀ ਦਲ ਦੀ ਇਹਨੇ, ਫਿਰ ਉਹ ਅਕਾਲੀ ਦਲ 'ਚ ਆ ਗਿਆ। ਅਤੇ ਮੌਜੂਦਾ ਮੌਕੇ ਉਹ ਅਕਾਲੀ ਦਲ ਦੇ ਵਿੱਚ ਹੀ ਸੀਗਾ ਸ਼ਾਮਿਲ, ਅਤੇ ਇਉਂ ਕਹਿ ਲਈਏ ਵੀ ਭਾਈ ਬੰਦਾ ਸਾਰਿਆਂ ਦਾ ਹੀ ਥਾਪੜਾ ਸੀ, ਉਹਨੂੰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਥਾਪੜਾ ਸੀ। ਔਰ ਮੈਨੂੰ ਇਹ ਲੱਗਦਾ ਜਦੋਂ ਜਿਵੇਂ ਬਾਕੀਆਂ ਨਾਲ ਹੋ ਰਿਹਾ ਵੀ ਜਦੋਂ ਆਮ ਆਦਮੀ ਪਾਰਟੀ ਨੇ ਛੱਡੀ ਆ, ਉਦੋਂ ਆਮ ਆਦਮੀ ਪਾਰਟੀਆਂ ਨੂੰ ਪਤਾ ਹੋਊ ਵੀ ਭਾਈ ਇਹਨੇ ਕੀ ਕੁਛ ਕੀਤੇ ਕਪੜੇ ਅਤੇ ਕੀ ਨਹੀਂ ਕੀਤੇ, ਅਤੇ ਉਹ ਉਹਨਾਂ ਨੇ ਲਾਲ ਡੈਰੀ ਤਾਂ ਮੈਨੂੰ ਲੱਗਦਾ ਨਹੀਂ ਹੋਣੀ, ਲਾਲ ਡੈਰੀ ਤਾਂ ਹਰ ਇੱਕ ਨੂੰ ਨਹੀਂ ਹੁੰਦੀ, ਕਿਤੇ ਨਾ ਕਿਤੇ ਨੋਟ ਕਰ ਲਿਆ ਵੀ ਭਾਈ ਇਹਨੂੰ ਵੀ ਦੱਸਣਾ ਹੈਗਾ ਪਤਾ ਵੀ ਕਿਵੇਂ ਸਰਕਾਰੀ ਚੀਜ਼ਾਂ ਦੱਬੀਆਂ। ਉਹ ਸ਼ਾਇਦ ਇਸ ਕਰਕੇ ਹੋਵੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਇਹ ਬੰਦਾ ਰਿਹਾ। ਦੂਜੀ ਗੱਲ ਅਸੀਂ ਕਰ ਲਈਏ, ਮਜੀਠੀਆ ਸਾਹਿਬ ਦੇ ਕਹਿੰਦੇ ਜਦੋਂ ਅਸਤਾਰੇ ਗਰਦਿਸ਼ ਦੇ ਵਿੱਚ ਹੋਣ ਨਾ, ਜਦੋਂ ਮਾੜਾ ਟਾਈਮ ਹੋਵੇ ਤਾਂ ਉਦੋਂ ਊਠ 'ਤੇ ਬੈਠੇ ਨੂੰ ਵੀ ਕੁੱਟਦਾ ਕੁੱਤਾ ਵੜ ਜਾਂਦਾ ਹੈ। ਸੋ ਮਜੀਠੀਆ ਸਾਹਿਬ ਦੀ ਜਿਹੜੀ ਗੱਲ ਕਰ ਲਈਏ ਤਾਂ ਉਹਨਾਂ ਦਾ ਇੱਕ ਖਾਸ ਬੰਦਾ ਹੈ,
अमरपाल सिंह बोनी जे साडे दर्शकों नूं याद होएगा सबका एम एल ए आ हुण भी वो चोणां दे विच खड़िया सी जिते नहीं ते रतन सिंह अजनाला अकाली दल दे सीनियर बहुत सीनियर आगू रहे ने उन्हां दा मुंडा उन्हें जी कोर्ट दे विचों अपनी सिक्योरिटी मंगी है जी मैनू मजीठिया साहब तो खतरा है कोर्ट कहिंदी भाई वो तो अंदर तैनू उस तो कहदा खतरा वो कहिंदा जी वो बेशक अंदर है बंदे उन्हां दे बाहर ही ने खतरा इस करके है जी कि उन्हें बयान दिता कि जिहड़ा समगलर हैगे ने ड्रग समगलर एक सतनाम सत्ता नाँ का बंदा जिहदा विच नाँ आउंदा वो कहिंदा जी मजीठिया साहब दे घरे जा के बैठ के मीटिंगां उत्थे होंदियां सी तो वो इस करके मैं बयान दिता करके मेरी जान नूं खतरा हो सकदा है। सो भाई हुण जदों और दूजी सब तो वड्डी गल जिहड़ी आ जिहड़ा इन्हां ने बयान दिता है अमरपाल सिंह बोनी ने जदों वो वीडियो बनी आ तो पिछे सुखना वाह वाह तकड़ियां तुकड़ियां लगिया हुई तकड़ियां तां ऐन लगियां इधर भी सज्जे भी तो खब्बी तकड़ी के मूहरे बैठ के उन्हें यह बयान तकड़ी दे ही एक वड्डे लीडर के खिलाफ यह दिता। सो भाई चंगी गल है आपस च काफ़ी जने खैबड़बाजी होंदी रही है पर गल चंगी ये नहीं हैगी। अगली गल कर ली एक जिहड़ा प्रधानमंत्री साहब अजकल काफ़ी उन्होंने हेज जा गया सिख कौम का चंगी गल है गुरु तेग बहादुर साहब का प्रकाश पुरब मनाया बहुत वड्डे पद्धर दे ते दूजा हरियाणे दे विच भी वाहवा गतका खेडे ने मनोहर लाल खट्टड़ ते बड़े वड्डे पद्धर ते बनाया गया गुरु गुरु तेग बहादुर जी का प्रकाश पुरब ते चंगी गल है हेज जा गया ते हुण उन्होंने सिख वफद दे नाल मुलाकात की आ जिहदे विच बहुत सारे मुल्कां तो बहुत सारे सिख नुमाइंदे जिहड़े गए ते उन्हां नूं उत्थे उन्हां नाल मुलाकात की ते उन्हां दे विच साडे इत्थों इक जिहड़े विस्कॉन्सिन तों दर्शन धालीवाल जिन्होंने पहला वापस मोड़ दिता सीगा भी तुसीं लंगर लाया उत्थे किसानां दे वह भी उहदे शामिल है ते वह उन्हां नूं हुण उत्थे जा के आए बुला के आए आ। अगली गल जिहड़ी करके एक तो फिर आपां वीडियो सच दिखाउणी आ अज्ज फ्राइडे हुंदा कुछ ना कुछ फंक्शन भी होना चाहिए। एक जिहड़ी पटियाले वाली घटना जी उहदे विच मैं समझदा उहदे च डीसी ने कोर्ट ने कुछ एक चैनल बैन भी करते आ दंगे भड़काउण दे विच जिथे सरकारां दा हत्थ हो सकदा कुछ लोगों का हत्थ हो सकता उत्थे मीडिया का बड़ा वड्डा हत्थ है। मीडिया का अजकल इहो जिहा इस पद्धर ते पहुँच गया घर घर चैनल है एक लैपटॉप लाओ तो एक लाओ माइक तो एक वो $50-60 की बन जाती है माइक के उपर पाउण वाली तो तुहाडा चैनल खुल गया फिर उत्ते तुसीं जो मर्जी चाहे गंद दिखाओ चाहे किसी नूं गालां कढ़ी जाओ चाहे जो मर्जी करियो वो तुहाडा चैनल जिहड़ा उन दिखा के व्यू लोगों को तो कहना जी देखो साढ़े किन्ने व्यू आ ये अजक मीडिया का हाल हो गया। अगे तो असं कहते बकाऊ मीडिया हूँ बकाऊ होवे ना होवे लेकिन गंद बहुत पाया है। सो मीडिया ने हिंदू सिख करके हिंदू सिख वो जो ज़्यादा बेर कहने तो बाहर बैठे पे तो हम जी चीज़ असं तो दिखाने तो उ दिमाग बैठनी है भी यह गल सही हो और सा कोशिश होंगी है भी सही दिखाइए पर कई बार हो सकता साढ़े तो भी गलती हो जाती हो पर जो ज़्यादा करोगे हिंदू सिख वह फिर वो दंगे भड़के आ इहदे च चैनलों का बहुत हाथ है तो सब चैनलों उपर पटियाले दे चैनलों के उपर काफ़ी कार्रवाई भी हो रही है। एक चैनल ने तो इतों तक हद करती लख लानत है यहोजे मीडिया दे। पुरानी गल है जी एक बार काफ़ी देर पहला एक पुलिस की तो निहंग सिंह की झड़प हुई सी वाहवा सारी तो गुट एक पुलिस वाले का वढ़िया गया सी गल हो गई गां केस चलिया जो होया नहीं होया ਉਹ ਹੁਣ ਦਿਖਾਈ ਜਾਂਦੇ ਨੇ ਕਿ ਆਹ ਦੇਖੋ ਜੀ ਪੁਲਿਸ ਵਾਲੇ ਦਾ ਹੱਥ ਵੜ ਦਿੱਤਾ ਨਿਹੰਗਾਂ ਨੇ ਆਹਾ ਫਿਰ ਡੀ ਸੀ ਨੂੰ ਅਕਸਰ ਕਹਿਣਾ ਪਿਆ ਵੀ ਭਾਈ ਇਹ ਚੈਨਲ ਬੰਦ ਕਰੋ ਅਤੇ ਇਹ ਇਹੋ ਜਿਹਾ ਕੁਛ ਨਹੀਂ ਹੋਇਆ। ਸੋ ਚੈਨਲਾਂ ਨੂੰ ਬੇਨਤੀ ਹੈ ਭਾਈ ਆਪਦੀਆਂ ਰੋਟੀਆਂ ਸੇਕਣ ਵਾਸਤੇ ਅਸੀਂ ਲੀਡਰਾਂ ਦੇ ਅੱਗੇ ਇਲਜ਼ਾਮ ਲਾਉਂਦੇ ਵੀ ਆਪਣੀਆਂ ਰੋਟੀਆਂ ਸੇਕਣ ਵਾਸਤੇ ਕੁਛ ਵੀ ਕਰਦੇ ਭੂਆ ਫੁੱਫੜ ਚਾਚਾ ਤਾਇਆ ਪਿਓ ਭਰਾ ਕੁਛ ਨਹੀਂ ਦੇਖਦੇ ਜਿਹਨੂੰ ਵੀ ਟੰਗਣਾ ਪੈਂਦਾ ਟੰਗ ਦਿੰਦੇ ਆ ਜਿਹਦਾ ਕੁਛ ਕੰਮ ਕਰਾਉਣਾ ਹੁੰਦਾ ਉਹ ਕਰ ਦਿੰਦੇ ਆ। ਸੋ ਚੈਨਲ ਵਾਲੇ ਵੀ ਬੇਨਤੀ ਆ ਵੀ ਇੱਦਾਂ ਦੀਆਂ ਰੋਟੀਆਂ ਸੇਕਣ ਵਾਸਤੇ ਇਹੋ ਜਿਹਾ ਕੁਛ ਨਾ ਕਰੋ। ਹਾਜ਼ਰ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਅਤੇ ਨਾਲ ਦੀ ਨਾਲ ਵੀਡੀਓ ਜਿਹੜੀ ਤੁਸੀਂ ਦੇਖੀ ਸੀ ਇਸ ਤੋਂ ਪਹਿਲਾਂ ਉਹਦੇ 'ਚ ਕਰਮਜੀਤ ਅਨਮੋਲ ਜਿਹੜੇ ਅੱਜ ਦੇ ਬਹੁਤ ਮਸ਼ਹੂਰ ਸਿੰਗਰ ਹੈਗੇ ਨੇ ਉਹ ਵੀ ਉਹਦੇ 'ਚ ਮੌਜੂਦ ਹੈਗੇ ਨੇ। ਹੁਣ ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਮੈਂ ਕਹਿੰਦਾ ਵਿਸ਼ੇ ਦੇ ਵਿੱਚ ਵਿਸ਼ਾ ਆਪਣਾ ਤਾਂ ਰਹਿਣਾ ਪਟਿਆਲੇ ਵਾਲਾ ਹੀ ਤੁਹਾਨੂੰ ਥੋੜ੍ਹਾ ਜਿਹਾ ਕੋਸ਼ਿਸ਼ ਕਰਾਂਗੇ ਉਹਦੇ ਵਿੱਚੋਂ ਕੁਛ ਕੱਢਣ ਦੀ ਪਰ ਉਦੋਂ ਪਹਿਲਾਂ ਸਾਡੇ ਨਾਲ ਡਾਕਟਰ ਰਿਸ਼ਪਾਲ ਸਿੰਘ ਬਾਜਵਾ ਜੁੜੇ ਨੇ ਉਹਨਾਂ ਦਾ ਫੋਨ ਆਇਆ ਸੀਗਾ ਵੀ ਉਹ ਕੁਛ ਕਹਿਣਾ ਚਾਹੁੰਦੇ ਨੇ ਜਿਹੜਾ ਕੱਲ੍ਹ ਵਾਲੇ ਵਿਸ਼ੇ 'ਤੇ ਹੀ ਜਿਹੜੀਆਂ ਦੋ ਤਿੰਨ ਗੱਲਾਂ ਹੋਈਆਂ ਨੇ ਉਹ ਰਹਿ ਗਈਆਂ ਨੇ ਉਹਨਾਂ ਨੇ ਕਿਤਿਓਂ ਡਾਟਾ ਇਕੱਠਾ ਕੀਤਾ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਤਾਂ ਉਹ ਸਾਡੇ ਨਾਲ ਸਾਂਝੀ ਕਰਨੀ ਆ।
सो पहला डॉक्टर साहब ना जुड़ते हैं जी, उस तो बाद फिर तुम्हारी गल हो जी लवेंगे जी। डॉक्टर साहब सत श्रीकाल जी, स्वागत है जी। हेलो जी डॉक्टर साहब, सत श्रीकाल जी, बहुत बहुत स्वागत डॉक्टर अशपाल बाजवा जी। हाँ जी हाँ जी, सत श्रीकाल, सत श्रीकाल। हाँ जी, आवाज घट करें पिछे मेरे ख्याल टीवी दी। हाँ जी हाँ जी जी, एक मिनट। हाँ जी हाँ जी जी सर, तुसी कुछ चाहते सी विचार पेश करने, मैं कहा भी चलो आप पहला। हाँ जी हाँ जी हाँ, वो इस तरह है जी जी, एक दा जेड़ा तुसी करंट भी गल की है ओदे च भी फिट हुंदी है गल। जेड़ा पटियाले इंसीडेंट होया जी, ਉਹ ਮੈਂ ਸੁਣਦਾ ਸੀ ਜਿਹੜੀਆਂ ਰਿਲੀਜੀਅਸ ਬੈਕਗ੍ਰਾਉਂਡ ਦੀਆਂ ਪਾਰਟੀਜ਼ ਆ, ਉਹ ਐਂ ਕਹਿੰਦੇ ਜੀ ਦੋ ਸਿੰਘਾਂ ਨੂੰ ਗੋਲੀ ਵੱਜੀ। ਦੇਖੋ ਇਹ ਵਾਇਲੈਂਸ ਤਾਂ ਹੋਣੀ ਨਹੀਂ ਚਾਹੀਦੀ, ਕੋਈ ਕਿਸੇ ਗਰੁੱਪ ਨੂੰ ਵੀ ਨਹੀਂ ਕਰਨੀ ਚਾਹੀਦੀ, ਪਰ ਮੁੜ ਕੇ ਜਿਹੜੇ ਇਹਨੂੰ ਸਪਿਨ ਕਰਦੇ ਆ ਉਹਨਾਂ ਨੂੰ ਇਹ ਸਪਿਨ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਇਹ ਸਪਿਨ ਨਹੀਂ ਕਰਨੀ ਚਾਹੀਦੀ। ਔਰ ਉਹਦੇ ਵਿੱਚ ਕੀ ਹੁੰਦਾ ਵੀ ਇਹ ਜਿਹੜੀ ਗੱਲ ਆ ਇਨਸਾਨ ਜਦੋਂ ਹਰਟ ਹੁੰਦਾ ਓਹਨੂੰ ਇਨਸਾਨ ਹੀ ਕਿਣੋ ਜੀ, ਓਹਨੂੰ ਇਨਸਾਨ ਕਿਣੋ ਜੀ। ਜੀ ਡਾਕਟਰ ਸਾਹਿਬ ਇਧਰੋਂ ਡਿਸਟਰਬੈਂਸ ਆ ਰਹੀ ਮੇਰੇ ਖਿਆਲ, ਕੁਛ ਤੁਸੀਂ ਬਿਜ਼ੀ ਹੋ? ਹਾਂਜੀ ਹਾਂ, ਬਸ ਕਰਦੇ ਹਾਂ, ਬੰਦ ਕਰਦੇ। ਹਾਂਜੀ ਹਾਂਜੀ ਜੀ ਹਾਂਜੀ, ਤਾਂ ਹੁਣ ਅੱਗੋਂ ਇਹ ਗੱਲ ਹੈ ਜੀ, ਜਿਹੜਾ ਅੱਜ ਦੇ ਦਿਨ 'ਚ ਵੋਟਰ ਹੈ ਨਾ ਜੀ ਜੀ, ਉਹ ਬਹੁਤ ਜ਼ਿਆਦਾ ਚੇਂਜ ਹੋ ਚੁੱਕਿਆ ਜੀ। ਉਹ ਇੰਨਾ ਚੇਂਜ ਹੋ ਗਿਆ, ਇੱਕ ਤਾਂ ਉਹ ਜਿਹੜਾ 19ਵੀਂ ਸਦੀ ਦਾ ਗਵਰਨੈਂਸ ਮਾਡਲ ਹੈ ਉਹਨੂੰ ਉਹ ਚੈਲੰਜ ਕਰਦਾ ਜੀ, ਟ੍ਰੈਡੀਸ਼ਨਲ ਪਾਵਰ ਦੇ ਹੋਲਡ ਨੂੰ ਚੈਲੰਜ ਕਰਦਾ ਜੀ। ਉਹ ਇੰਨਾ ਹੁਣ ਅਵੇਅਰ ਹੋ ਗਿਆ ਸੋਸ਼ਲ ਮੀਡੀਆ ਕਰਕੇ ਵੀ ਉਹ ਡਿਸੀਜਨ ਮੇਕਿੰਗ ਟੇਬਲ ਤੇ ਆਪਣੀ ਸੀਟ ਵੀ ਮੰਗਦਾ ਜੀ। ਹੁਣ ਉਸ ਤੋਂ ਅੱਗੇ ਚੱਲ ਕੇ ਉਹ ਜਿਹੜੇ ਕਈ ਵਾਰੀ ਉਹਨਾਂ ਦੀਆਂ ਇਹੋ ਜਿਹੀਆਂ ਉਹ ਮੂਵਮੈਂਟਾਂ ਲਾਉਂਦੇ ਆ, ਜਿਵੇਂ ਫਰਾਂਸ ਦੇ ਵਿੱਚ ਲੱਗੀ, ਜਿਵੇਂ ਕਲਾਈਮੇਟ ਚੇਂਜ ਤੇ ਲੱਗੀ, ਜਿਵੇਂ ਆਪਣੇ ਟਰੈਕਟਰ ਟਰਾਲੀ ਲੱਗੀ। ਸੋ ਉਹ ਜਿਹੜਾ ਵੋਟਰ ਹੈ ਉਹ ਪਾਵਰਫੁਲ ਹੋ ਗਿਆ, ਪਰ ਨੰਬਰ ਜਿਹੜਾ ਅੱਗੇ ਹੈ ਉਹ ਕਿਸੇ ਧਰਮ ਨਾਲ ਨਹੀਂ ਜੁੜਿਆ, ਉਹਦੇ ਜਿਹੜੇ ਵਿਊਜ਼ ਹੈ ਉਹ ਬੜੇ ਓਪਨ ਆ, ਉਹ ਸੋਸਾਇਟੀ 'ਚ ਐਡਜਸਟ ਹੋਣ ਦੀ ਕੋਸ਼ਿਸ਼ ਕਰ ਰਿਹਾ। ਜਿਹੜੀ ਗਲੋਬਲਾਈਜੇਸ਼ਨ ਹੋਈ ਹੈ, ਜਿਹੜੀ ਇੰਨੀ ਕੰਪਲੈਕਸ ਸਿਚੁਏਸ਼ਨ ਹੈ, ਉਹਦੇ 'ਚ ਉਹ ਐਡਜਸਟ ਕਰਨ ਨੂੰ ਆਪਣਾ ਸੋਚਦਾ, ਉਹ ਨਰਵਸ ਰਹਿੰਦਾ ਉਹਨਾਂ ਕੰਮਾਂ 'ਚ। ਸੋ ਉਹਨੂੰ ਇਹੋ ਜਿਹੀ ਲੋੜ ਨਹੀਂ ਹੈ। ਸੋ ਇੱਥੋਂ ਮੈਸੇਜ ਕੀ ਹੈ, ਜਿਹੜੀਆਂ ਅੱਜ ਦੀਆਂ ਗਵਰਨਮੈਂਟਸ ਹੈ ਉਹਨਾਂ ਨੂੰ ਇਹ ਚੀਜ਼ ਸੁਣਨੀ ਚਾਹੀਦੀ ਹੈ, ਅਗਰ ਉਹਨਾਂ ਨੇ ਪਾਵਰ 'ਚ ਰਹਿਣਾ। ਜਿਵੇਂ ਆਪਾਂ ਕੱਲ ਵੀ ਗੱਲ ਕੀਤੀ ਸੀ, ਪਾਰਟੀ ਕੋਈ ਮਾੜੀ ਨਹੀਂ, ਵੋਟਰ ਨੂੰ ਸਮਝਣ ਦੀ ਬਹੁਤ ਲੋੜ ਹੈ। ਹੁਣ ਇੱਥੋਂ ਇਸੇ ਤਰ੍ਹਾਂ ਜਿਹੜਾ ਆਪਣਾ ਉਹ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਹੋਇਆ, ਉਹਦੇ 'ਚ ਦੇਖੋ ਪੰਜਾਬ ਦੀ ਅਪੋਜੀਸ਼ਨ ਇਹ ਕਹਿੰਦੀ ਹੈ ਬਈ ਪੰਜਾਬ ਨੇ ਦਿੱਲੀ ਨੂੰ ਹੱਕ ਵੇਚ ਦਿੱਤੇ, ਸਾਡਾ ਜਿਹੜਾ ਫੈਡਰਲ ਸਿਸਟਮ ਉਹ 'ਤੇ ਅਟੈਕ ਹੋ। ਉੱਥੋਂ ਮੈਂ ਆਹੀ ਸੋਚਦਾ ਸੀ, ਕੇਜਰੀਵਾਲ ਤੇ ਇੱਕ ਆਪਣੀ ਇੱਕ ਸਟੇਟ ਦਾ ਸੀਐਮ ਹੈ, ਉਹਦੇ 'ਚ ਸੈਂਟਰਲ ਗਵਰਨਮੈਂਟ ਦੀ ਤਾਂ ਪਾਵਰ ਹੀ ਹੈ ਨਹੀਂ, ਉਹ ਸਾਡੇ ਹੱਕ ਕਿਵੇਂ ਕਰ ਲਊਗਾ। ਬਾਕੀ ਇਹ ਚੀਜ਼ ਜਿਹੜੀ ਵੇਖਣ ਵਾਲੀ ਹੈ ਕਿ ਇਹ ਜਦੋਂ ਆਪ ਦਿੱਲੀ ਦੇ ਵਿੱਚ ਪਾਵਰ 'ਚ ਆਈ, ਉਹ ਇੱਕ ਪਹਿਲੀ ਗਵਰਨਮੈਂਟ ਸੀ ਇੰਡੀਆ 'ਚ ਜਿਹੜੀ ਐਂਟੀ ਐਸਟੈਬਲਿਸ਼ਮੈਂਟ ਤੇ ਟ੍ਰੈਡੀਸ਼ਨਲ ਦੇ ਉਲਟ ਸੀਗੀ। ਉਦੋਂ ਇੰਪੋਰਟੈਂਟ ਇੱਕ ਹੋਰ ਚੀਜ਼ ਹੈ, ਜਦੋਂ ਉਹ 12-13 'ਚ ਆਏ ਉਦੋਂ ਜਿਹੜੀ ਟੈਕਨੋਲੋਜੀ ਸੀ ਇਹ ਅਰਲੀ ਸਟੇਜਿਸ 'ਚ ਡਿਵੈਲਪ ਹੋ ਕੇ ਐਡਮਿਨਿਸਟ੍ਰੇਸ਼ਨ 'ਚ ਦਾ ਜਿਹੜਾ ਯੋਗਦਾਨ ਸੀ ਉਹ ਵੱਧ ਰਿਹਾ ਸੀ। ਜਿੰਨੇ ਉਹ MLA ਜਿੱਤੇ ਦਿੱਲੀ ਦੇ, ਉਹ ਵੇਖਣ ਵਾਲੀ ਗੱਲ ਹੈ, ਉਹ ਵੀ ਪੜ੍ਹੇ ਲਿਖੇ ਸੀ, ਐਵਰੇਜ ਇਨਸਾਨ ਸੀ, ਉਹ ਕੋਈ ਐਡੇ ਕਰਪਸ਼ਨ 'ਚ ਕਿਤੇ ਨਹੀਂ ਸੀ ਰਹੇ, ਉਹਨਾਂ ਨੂੰ ਕੰਮ ਚਲਾਉਣ ਦੀ ਸਮਝ ਸੀ। ਹੁਣ ਉਹਨਾਂ ਨੇ ਇੱਕ ਮਾਡਲ ਬਣਾਇਆ, ਉਹ ਜਿਹੜਾ ਮਾਡਲ ਹੈ ਉਹ ਚੱਲਿਆ, ਟੈਸਟ ਕੀਤਾ, ਬਣਿਆ ਹੈ, ਉਹ ਐਫੀਸ਼ੀਐਂਟ ਹੈ, ਉਹ ਲੈਸ ਐਕਸਪੈਂਸਿਵ ਹੈ, ਉਹ ਕਰਪਸ਼ਨ ਫ੍ਰੀ ਹੈ। ਹੁਣ ਅਗਰ ਆਪਣਾ ਪੰਜਾਬ ਦਾ ਜਿਹੜਾ CM ਹੈ ਭਗਵੰਤ ਮਾਨ ਜਾਂ ਜਿਹੜੀ ਸਾਡੀ ਗਵਰਨਮੈਂਟ ਹੈ, ਉਹ ਇੱਕ ਟੈਸਟਡ ਮਾਡਲ ਨੂੰ ਲੈ ਆਉਣ, ਪੰਜਾਬ ਦੀਆਂ ਰਿਕੁਆਇਰਮੈਂਟ ਠੀਕ ਹੈ ਥੋੜੀਆਂ ਡਿਫਰੈਂਟ ਹੈ ਪਰ ਇਹ ਸਮਝੀਆਂ ਜਾ ਸਕਦੀਆਂ, ਇਹਨਾਂ ਦੀ ਇਕਾਨਮੀ ਸ਼ਟਰ ਹੈ ਉਹ ਚਲਾਈ ਜਾ ਸਕਦੀ ਹੈ। ਜਿਵੇਂ ਹੁਣ ਤੁਸੀਂ
ਦੱਸ ਰਹੇ ਸੀ ਵੀ 29 ਏਕੜ ਉਹਨੇ ਨਾਪ ਲਈ, 50 ਉਹਨੇ ਨਾਪ ਲਈ, 100 ਉਹਨੇ ਨਾਪ ਲਈ, ਲੱਖਾਂ ਏਕੜ ਹੈ। ਹਾਂਜੀ, ਇਹ ਇੰਨੇ ਇਕੱਠੇ ਕਰਕੇ ਪੈਸੇ, ਇਹ ਸਾਡਾ ਸਿਸਟਮ ਚੱਲ ਸਕਦਾ। ਇਹਦੇ ਵਾਸਤੇ ਮੈਂ ਤਾਂ ਇਹ ਕਹੂੰਗਾ ਮੈਸੇਜ ਵੀ ਉਹਨਾਂ ਨੂੰ ਕੋਈ ਇਹਨਾਂ ਦੀ ਗੱਲ 'ਚ ਛੇਤੀ ਕਰਨ ਦੀ ਲੋੜ ਨਹੀਂ, ਗੱਲ ਨੂੰ ਸਮਝ ਕੇ ਆਪਣੀਆਂ ਪੋਲਿਸੀ ਇਫੈਕਟਿਵ ਐਫੀਸ਼ੀਐਂਟ ਬੰਦੇ ਲਾ ਕੇ ਔਰ ਇਹ ਕੰਮ ਚਲਾਉਣ। ਜਿਹੜਾ ਵੋਟਰ ਹੈ ਉਹਨਾਂ ਦਾ ਸਾਥ ਦੇਵੇ, ਉਹ ਥੋੜ੍ਹੇ ਜਿਹੇ ਆਪਾਂ ਉਡੀਕ ਕਰੀਏ ਔਰ ਇਹ ਕੰਮ ਬਿਲਕੁਲ ਸਹੀ ਹੋਏਗਾ। ਕਿਉਂਕਿ ਆਪ ਪਾਰਟੀ ਨੇ ਜੇ ਇੰਡੀਆ ਦੇ ਵਿੱਚ ਅੱਗੇ ਵਧਣਾ ਤੇ ਪੰਜਾਬ ਉਹਨਾਂ ਕੋਲ ਇੱਕ ਪਲੇਸ ਹੈ, ਉਹ ਇਹਨੂੰ ਕਿਉਂ ਖਰਾਬ ਕਰਨਗੇ? ਮੇਰੇ ਤਾਂ ਮਨ 'ਚ ਇਵੇਂ ਗੱਲ ਆਉਂਦੀ ਵੀ ਉਹ ਸਾਡੇ ਪੰਜਾਬ ਨੂੰ ਕਿਉਂ ਖਰਾਬ ਕਰਨਗੇ? ਅਗਰ ਉਹਨਾਂ ਨੇ ਆਪਣਾ ਸਫਾਇਆ ਕਰਾਉਣਾ ਹੈ, ਉਹਨਾਂ ਨੇ ਫਿਰ ਉਹ ਸਾਨੂੰ, ਉਹਨਾਂ ਨੇ ਪੰਜਾਬ ਦਾ ਕੰਮ ਜਿਹੜਾ ਆਪਣੇ ਲਾਲਚ ਨੂੰ ਕਰਨਾ ਹੈ। ਬਿਲਕੁਲ ਬਿਲਕੁਲ, ਮੈਂ ਇਹੀ ਦੱਸਣ ਦੀ ਕੋਸ਼ਿਸ਼ ਕਰ ਰਿਹਾ ਵੀ ਜੇ ਉਹਨਾਂ ਨੇ ਆਪਣਾ ਪੱਠਾ ਪਾਉਣਾ ਹੈ ਤਾਂ ਫਿਰ ਉਹ ਕਰਨਗੇ। ਪਰ ਮੇਰਾ ਨਹੀਂ ਖਿਆਲ, ਉਹ ਬੜੀ ਇਮਾਨਦਾਰੀ ਨਾਲ ਲੋਕ ਚੱਲਣਗੇ, ਪਰ ਸਾਨੂੰ ਥੋੜਾ ਸਬਰ ਕਰਨਾ ਚਾਹੀਦਾ। ਸਾਡੀਆਂ ਆਪੋਜੀਸ਼ਨ ਪਾਰਟੀਜ਼ ਨੂੰ ਵੀ ਅਗਰ ਵੋਟ ਦੀ ਪੋਲਿਟਿਕਸ ਖੇਡਣੀ ਹੈ ਤਾਂ ਹਾਲੇ ਬੜਾ ਟਾਈਮ ਹੈ। ਇਹ ਹੋਰ ਕਈ ਇਸ਼ੂ ਹੁੰਦੇ ਆ ਰੋਜ਼ ਦਿਹਾੜੀ, ਇਹ ਦੰਗੇ ਫਸਾਦ ਦੂਜੇ ਤੀਜੇ ਹਰਿਆਣਾ ਦਾ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਸਰਕਾਰ ਨਵੀਂ ਬਣੀ ਪੰਜਾਬ ਦੇ ਵਿੱਚ, ਉਦੋਂ ਬੜਾ ਹੀ ਹੋ ਗਿਆ ਸੀ ਵੀ ਜਿਹੜੇ ਭਾਈਚਾਰੇ ਹੈਗਾ, ਏਕਤਾ ਬਣੀ ਹੋਈ ਆ ਵੀ ਇਹ ਹੁਣ ਖਿੰਡ ਪੁੱਟ ਜਾਊਗੀ, ਪਰ ਉਦੋਂ ਵੀ ਮੌਕਾ ਸਾਂਭ ਲਿਆ, ਪਹਿਲਾਂ ਕਿਸਾਨਾਂ ਵੇਲੇ ਮੌਕਾ ਸਾਂਭ ਲਿਆ। ਅਤੇ ਹੁਣ ਮੈਨੂੰ ਇਹ ਦੱਸੋ ਵੀ ਕੱਲ੍ਹ ਵਾਲੀ ਇੱਕ ਤਾਂ ਇਹ ਨਹੀਂ ਹੋਣੀ ਚਾਹੀਦੀ ਸੀਗੀ, ਇਹਦੇ ਪਿੱਛੇ ਵੀ ਰਾਜਨੀਤੀ ਹੈ। ਦੂਜਾ ਇਹ ਹੈ ਵੀ ਕੀ ਸਰਕਾਰ ਇਹਨੂੰ ਰੋਕ ਸਕਦੀ ਸੀਗੀ ਸਮਾਂ ਰਹਿੰਦੇ, ਕਿਉਂਕਿ ਬਹੁਤ ਦਿਨ ਪਹਿਲਾਂ ਉਸ ਬੰਦੇ ਨੇ ਅਨਾਊਂਸ ਕੀਤਾ ਸੀ ਮੈਂ ਇੰਨੀ ਤਰੀਕ ਨੂੰ ਆਹ ਕੰਮ ਕਰਨਾ। ਦੇਖੋ, ਚੀਜ਼ ਇਹ ਹੁੰਦੀ ਹੈ, ਐਸੀ ਕੋਈ ਗੱਲ ਨਹੀਂ ਹੈ, ਗੌਰਮੈਂਟ ਜ਼ਰੂਰ ਚੌਕਸ ਹੋਊਗੀ। ਪਰ ਅੱਜ ਮੈਂ ਇਹ ਵੀ ਇੱਕ ਸੁਣਦਾ ਸੀ, ਕੋਈ ਬੰਦਾ ਕਹਿੰਦਾ ਸੀ ਕਰਫਿਊ ਪਹਿਲਾਂ ਲਾ ਦਿਓ। ਅਗਰ ਹੁਣ ਐਵੇਂ ਤੁਰਦੇ ਫਿਰਦੇ ਆ ਕਰਫਿਊ ਲਾ ਦਈਏ ਤੇ ਫਿਰ ਲੋਕਾਂ ਨੇ ਕਹਿਣਾ ਚੰਗੇ ਭਲੇ ਅਮਨ ਅਮਾਨ 'ਚ ਤੁਸੀਂ ਕਰਫਿਊ ਲਾ ਤਾ। ਪਰ ਦੇਖਣ ਦੀ ਇਹ ਗੱਲ ਹੈ, ਦਿੱਲੀ 'ਚ ਜਦੋਂ ਰਾਇਟਸ ਹੋਏ 1984 'ਚ, ਉਹ 3 ਦਿਨ ਉੱਥੇ ਕੋਈ ਮਾਰਸ਼ਲ ਲਾ ਕਰਫਿਊ ਨਹੀਂ ਲੱਗਾ ਜੀ। ਅਗਰ ਇਹਨਾਂ ਨੇ ਦੁਬਾਰਾ ਉਹਨੂੰ ਲਾ ਕੇ ਕਰ ਲਿਆ, ਪਰ ਚੀਜ਼ ਇਹ ਹੈ ਜਿਹੜੇ ਇਹ ਜਿਹੇ ਫਿਰਕਾ ਪ੍ਰਸਤ ਲੋਕ ਹੈ ਉਹਨਾਂ ਨੂੰ ਆਪਣੇ ਸਟੇਟ ਦੇ ਇੰਟਰਸਟ 'ਚ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ। ਔਰ ਫਿਰ ਦੂਜੀ ਇਹ ਗੱਲ ਹੈ, ਇਹ ਇਹੋ ਜਿਹੀਆਂ ਫੋਰਸਿਸ ਜਿੱਤ ਵੀ ਨਹੀਂ ਸਕਦੀਆਂ, ਕਿਉਂਕਿ ਜਿਹੜਾ ਅੱਜ ਦਾ ਵੋਟਰ ਆ, ਜਿਹੜਾ ਅੱਜ ਦਾ ਯੰਗ ਵੋਟਰ ਜਿਹਨਾਂ ਦੀ ਗਿਣਤੀ ਹੁਣ ਬਹੁਤ ਹੋ ਗਈ ਆ, ਉਹ ਬੜੇ ਡਾਈਵਰਸ ਓਪੀਨੀਅਨ ਰੱਖਦੇ ਆ, ਉਹ ਓਪਨ ਤਰ੍ਹਾਂ ਦੇ ਲੋਕ ਹੈ, ਉਹ ਆਪਣੀ ਜ਼ਿੰਦਗੀ ਚਾਹੁੰਦੇ ਆ, ਉਹ ਸੈਲਫ ਸੈਂਟਰਡ ਲੋਕ ਹੈ, ਉਹ ਆਪਣਾ ਇੰਟਰਸਟ ਅੱਗੇ ਰੱਖ ਕੇ ਚੱਲਦੇ ਆ, ਕਿਸੇ ਨੂੰ ਉਹ ਨੁਕਸਾਨ ਕਰਨ ਦੇ ਹੱਕ 'ਚ ਨਹੀਂ ਗਏ। ਸੋ ਇਹਨਾਂ ਪਾਰਟੀਆਂ ਨੂੰ ਇਹ ਸਮਝ ਲੈਣਾ ਚਾਹੀਦਾ। ਅਤੇ ਡਾਕਟਰ ਸਾਹਿਬ, ਮੈਨੂੰ ਕੋਈ ਬੰਦਾ ਇਹ ਕਹਿ ਰਿਹਾ ਸੀਗਾ ਵੀ ਇਹ ਪੰਜਾਬ ਦੇ ਵਿੱਚ, ਕਿਉਂਕਿ ਇਹ ਗੱਲ ਤਾਂ ਪੱਕੀ ਹੈ ਕਿ ਬਹੁਤ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਹੁਣ ਇਸ ਗੱਲ ਤੋਂ ਡਰੇ ਹੋਏ ਨੇ ਵੀ ਸਾਡਾ ਨੰਬਰ ਆਇਆ ਕਿ ਆਇਆ, ਕਿਉਂਕਿ ਘਪਲੇ ਤਕਰੀਬਨ ਬਹੁਤ ਵੱਡੇ ਵੱਡੇ ਹੋਏ ਨੇ ਪੰਜਾਬ ਦੇ ਵਿੱਚ। ਅੱਜ ਉਹ ਕਹਿ ਰਿਹਾ ਸੀ ਕੁਲਦੀਪ ਸਿੰਘ ਧਾਲੀਵਾਲ, 27,000 ਏਕੜ ਹੋਰ ਜ਼ਮੀਨ ਹੈਗੀ ਹੈ, 27,000 ਏਕੜ, ਉਹ ਵੀ ਕਹਿੰਦੇ ਹੁਣ ਛੇਤੀ ਤੁਹਾਡੇ ਸਾਹਮਣੇ ਅਸੀਂ ਲੈ ਕੇ ਆਵਾਂਗੇ। ਅਤੇ ਮਤਲਬ ਇਹ ਕਰਕੇ ਕਿਤੇ ਕਿ ਪਹਿਲੇ ਰਾਸ਼ਟਰਪਤੀ ਰਾਜਵਾਲ ਨੂੰ ਤਾਂ ਨਹੀਂ ਪੈਰ ਪੱਟ ਲਿਆ ਇਹਨਾਂ ਨੇ ਵੀ ਹੌਲੀ ਹੌਲੀ? ਅੱਗੇ ਇੱਕ ਦਿਨ ਆਪਾਂ ਗੱਲ ਕੀਤੀ ਸੀ, ਹਾਂਜੀ, ਇੱਕ ਵਾਰੀ ਸੰਨ 1985 'ਚ ਤੁਹਾਨੂੰ ਪਤਾ ਜਦੋਂ ਆਸਾਮ ਦੇ ਵਿੱਚ ਸਟੂਡੈਂਟ ਗਵਰਨਮੈਂਟ ਬਣ ਗਈ ਸੀ। ਹਾਂਜੀ ਹਾਂਜੀ, ਮਹੰਤਾ ਜੀ, ਪ੍ਰਫੁੱਲ ਮਹੰਤਾ। ਹਾਂ, ਉਦੋਂ ਕੀ ਹੋਇਆ ਸੀ, ਉਹ ਗਵਰਨਮੈਂਟ ਬਹੁਤ ਚੰਗੇ ਲਾਈਨ ਤੇ ਚੱਲ ਰਹੀ ਸੀ, ਤੋ ਵੀ ਨਵੇਂ ਵਿਚਾਰਾਂ ਦੀ ਗਵਰਨਮੈਂਟ ਸੀ, ਤੇ ਉੱਥੇ ਜਿਹੜੀ ਫਿਰ ਬੋਡੋ ਮੂਵਮੈਂਟ ਸੀਗੀ ਸੈਪਰੇਸ਼ਨ ਦੀ, ਜਿਵੇਂ ਹੁਣ ਆਪਣੇ ਪੰਜਾਬ 'ਚ ਕਹਿੰਦੇ ਹਾਂ ਵੀ ਖਾਲਿਸਤਾਨ, ਜਿਵੇਂ ਵੇਖੋ ਆ ਵੀ ਜਿਹੜਾ ਰਾਇਟ ਹੋਇਆ ਜੀ, ਅਸੀਂ ਐਂਟੀ ਖਾਲਿਸਤਾਨ ਕੱਢਣਾ, ਕੋਈ ਖਾਲਿਸਤਾਨ ਨਾਰਾ ਨੀ, ਕੋਈ ਸਿੱਖ ਖਾਲਿਸਤਾਨ ਨੀ, ਕੋਈ ਰੌਲਾ ਨੀ, ਇੱਥੇ ਵੀ ਨੀ ਗਾ, ਬਾਹਰ ਵੀ ਨੀ ਹੈ, ਕਿਤੇ ਵੀ ਨੀ ਹੈ। ਸੋ ਉਹ ਜਿਹੜੇ ਇਹ ਜਿਹੇ ਖਰਾਬ ਅਨਸਰ ਕਰਨ ਵਾਲੇ ਆ ਉਹ ਅੱਗੇ ਆਉਂਦੇ ਆ। ਫਿਰ ਉਹ ਆਸਾਮ 'ਚ ਵੀ ਇਹੀ ਹੋਇਆ, ਔਰ ਉਹਦੇ 'ਚ ਮੈਂ ਪੜ੍ਹਦਾ ਸੀ, ਸੈਂਟਰ ਗਵਰਨਮੈਂਟ ਨੇ ਆਪਣੇ IPS ਅਫਸਰਾਂ ਦੇ ਥਰੂ ਉਹ ਬੰਦੇ ਟ੍ਰੇਨ ਕਰਾਏ, ਉਹਨਾਂ ਨੂੰ ਉਸ 'ਚ ਇਨਫਿਲਟਰੇਟ ਕੀਤਾ, ਔਰ ਉਹ ਜਿਹੜੀ ਮੂਵਮੈਂਟ ਚਲਾਈ, ਤੇ ਮੁੜ ਕੇ ਸੈਂਟਰ ਨੇ ਕਿਹਾ ਵੀ ਇਹ ਆਪਣਾ ਜਿਹੜਾ ਹੈ ਜੀ ਤੁਹਾਡੇ ਕੋਲ ਲਾ ਐਂਡ ਆਰਡਰ ਕੰਟਰੋਲ ਨਹੀਂ ਆ ਰਿਹਾ। ਪਰ ਮੈਨੂੰ ਨਹੀਂ ਲੱਗਦਾ ਪੰਜਾਬ ਦੀ ਸਿਚੁਏਸ਼ਨ 'ਚ ਕੋਈ ਪ੍ਰੈਜ਼ੀਡੈਂਟ ਰੂਲ ਲੱਗੂਗਾ, ਕਿਉਂਕਿ 92 ਬਹੁਤ ਮਿਹਰਬਾਨੀ, ਹਾਂ ਲੋਕ ਸਮਝਦਾਰ ਆ। ਔਰ ਮੇਰਾ ਨਹੀਂ ਖਿਆਲ ਸੈਂਟਰ ਗਵਰਨਮੈਂਟ ਲਾਏਗੀ, ਕਿਉਂਕਿ BJP ਦਾ ਇਸ ਗੱਲੋਂ ਰੈਕਰਡ ਓਵਰਆਲ ਬਹੁਤ ਚੰਗਾ ਹੈ।
ਇਹਨਾਂ ਨੇ ਬਹੁਤ ਘੱਟ ਪ੍ਰੈਜ਼ੀਡੈਂਟ ਰੂਲ ਪਿਛਲੇ 8 ਸਾਲਾਂ ਚ ਲਾਇਆ, ਇੱਕ ਦੋ ਸਟੇਟਾਂ ਚ ਇਹਨਾਂ ਨੂੰ ਲਾਉਣਾ ਪਿਆ, ਪਰ ਬਾਕੀਆਂ ਚ ਇਹਨਾਂ ਲਾਇਆ ਨੀ। ਕਾਂਗਰਸ ਨੇ ਸਗੋਂ ਇੰਦਰਾ ਗਾਂਧੀ ਨੇ ਮੈਕਸੀਮਮ ਲਾਏ ਸੀ, ਰਾਜੀਵ ਗਾਂਧੀ ਨੇ ਵੀ ਬਹੁਤ ਲਾਏ। ਚਲੋ ਬਹੁਤ ਮਿਹਰਬਾਨੀ ਜੀ, ਵਿਚਾਰ ਸਾਂਝੇ ਕਰਨ ਲਈ, ਬਹੁਤ ਜਾਣਕਾਰੀ ਸਾਂਝੀ ਕਰਨ ਵਾਸਤੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਮਿਹਰਬਾਨੀ ਜੀ। ਹਾਜ਼ਰ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਕਾਲਾਂ ਦਾ ਸਿਲਸਿਲਾ ਅੱਗੇ ਤੋਰਦੇ ਹਾਂ ਅਤੇ ਨਾਲ ਦੀ ਨਾਲ ਥੋੜ੍ਹੀ ਜਿਹੀ ਗੱਲ ਹੋਰ ਕਰ ਲਈਏ। ਜਿਹੜੀ ਕੱਲ੍ਹ ਘਟਨਾ ਕ੍ਰਮ ਵਾਪਰਿਆ ਜੀ ਪਟਿਆਲੇ, ਵੈਸੇ ਦੇਖਿਆ ਜਾਵੇ ਤਾਂ ਇੱਧਰਲੇ ਮੁਲਕਾਂ 'ਚ ਤਾਂ ਹਜੇ ਹੈਗਾ ਰੌਲਾ, ਅਸੀਂ ਅਗਰ ਖਾਲਿਸਤਾਨ ਦੀ ਗੱਲ ਕਰੀਏ ਤਾਂ ਨਗਰ ਕੀਰਤਨਾਂ 'ਤੇ ਸਾਨੂੰ ਝੰਡੇ ਉਹਨਾਂ ਦੇ ਮਿਲ ਜਾਂਦੇ ਨੇ, ਪਰ ਪੰਜਾਬ ਦੇ ਵਿੱਚ ਤਾਂ ਇਹੋ ਜਿਹਾ ਕੁਛ ਹੈ ਹੀ ਨਹੀਂ। ਜਦੋਂ ਇਹੋ ਜਿਹਾ ਕੁਛ ਹੈ ਹੀ ਨਹੀਂ ਤਾਂ ਵਿਰੋਧ ਕਾਹਦਾ? ਇਹ ਤਾਂ ਸਾਫ਼ ਜ਼ਾਹਰ ਹੈਗੀ ਗੱਲ ਕਿ ਪਹਿਲਾਂ ਕਿਸਾਨ ਅੰਦੋਲਨ ਵੇਲੇ ਕੋਸ਼ਿਸ਼ ਕੀਤੀ ਗਈ ਪੂਰੀ, ਅਤੇ ਫਿਰ ਹਰਿਆਣਾ ਪੰਜਾਬ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਪਾਣੀਆਂ ਦੇ ਵੱਡੇ 'ਤੇ, ਜਾਂ ਫਿਰ ਜਦੋਂ ਗੱਲ ਹੋਈ ਹੈ ਭਗਵੰਤ ਮਾਨ ਹੁਣ ਸਰਕਾਰ ਨਵੀਂ 'ਚ ਸਾਂਭੀ ਹੈ, ਅਤੇ ਇਹ ਹੁਣ ਇੱਕ ਏਡਾ ਵੱਡਾ, ਇਹ ਏਡਾ ਵੱਡਾ ਅਤੇ ਬਹੁਤ ਹੀ, ਅਗਰ ਇਹ ਕਿਸੇ ਦੀ ਚਾਲ ਹੈ ਤਾਂ ਬਹੁਤ ਹੀ ਘਟੀਆ ਚਾਲ। ਪੰਜਾਬ ਦੇ ਵਿੱਚ ਦੋ ਧੜੇ ਖੜ੍ਹੇ ਕਰਦੇ ਨੇ, ਇੱਕ ਤਾਂ ਕਹਿੰਦੇ ਜੀ ਹਰੀਸ਼ ਸਿੰਗਲਾ ਹੈਗਾ, ਉਹ ਤਾਂ ਜਿਹੜਾ ਹੈਗਾ ਸ਼ਿਵ ਸੈਨਾ ਦੇ ਵਿੱਚੋਂ ਪਹਿਲਾਂ ਕੱਢਿਆ ਹੋਇਆ ਸੀ, ਜੇ ਸ਼ਿਵ ਸੈਨਾ ਤੋਂ ਕੱਢਿਆ ਹੋਇਆ ਸੀ ਤਾਂ ਹੁਣ ਉਹ ਕਿਹੜੇ ਪਾਸਿਓਂ ਹੋ ਸਕਦਾ, ਇਹ ਆਪਾਂ ਅੰਦਾਜ਼ਾ ਲਾ ਸਕਦੇ। ਦੂਜੇ ਇੱਕ ਕੋਈ ਪਰਵਾਨਾ ਹੈਗਾ, ਉਹ ਸਿੱਖਾਂ ਵਾਲੇ ਪਾਸਿਓਂ ਆਪਣੇ ਉੱਧਰੋਂ ਲੱਗਿਆ ਹੋਇਆ ਸੀਗਾ, ਔਰ ਜਦਕਿ ਹਿੰਦੂ ਸਿੱਖ ਵਾਲੀ ਗੱਲ ਹੀ ਕੋਈ ਨਹੀਂ ਹੈ। ਬੜਾ ਵਧੀਆ ਉਹਨੇ ਕੀਤਾ ਗੱਗੀ ਪੰਡਿਤ ਜਿਹੜੇ ਸੀਗੇ ਪੰਡਿਤ ਜੀ, ਬੜਾ ਵਧੀਆ ਉਹਨਾਂ ਨੇ ਬਿਆਨ ਵੀ ਦਿੱਤਾ, ਉਹਨਾਂ ਨੇ ਫਿਰ ਕਟਾਪਾ ਚਾੜਿਆ ਚੰਗਾ ਉਹਦਾ ਹਰੀਸ਼ ਸਿੰਗਲੇ ਦਾ, ਅਤੇ ਨਾਲੇ ਉਹਦਾ ਮੁੰਡਾ ਸੀ, ਗੱਡੀ ਗੁੱਡੀ ਵੀ ਭੰਨਤੀ ਉਹਦੀ ਤੋਂ ਭੱਜ ਕੇ ਉਹਨੇ ਜਾਨ ਬਚਾਈ, ਅਤੇ ਉਹਨਾਂ ਨੇ ਫਿਰ ਬਿਆਨ ਇਹ ਦਿੱਤਾ ਵੀ ਭਾਈ ਇਹ ਸਾਡੇ ਭਾਈਚਾਰੇ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਕਰਕੇ ਅਸੀਂ ਇਹਨੂੰ ਕਟਾਪਾ ਚਾੜਿਆ। ਔਰ ਲੱਗਦਾ ਵੀ ਸਾਫ਼ ਇਉਂ ਹੀ ਹੈ, ਕਿਉਂਕਿ ਕੋਈ ਵੱਡੀ ਗੱਲ ਨਹੀਂ, ਆਪਣੇ ਖਾਲਸਿਆਂ ਦੇ ਬਾਣੇ ਵਿੱਚ, ਸਿੰਘਾਂ ਦੇ ਬਾਣੇ ਵਿੱਚ ਕੌਣ ਕਿੱਧਰੋਂ ਆ ਗਿਆ ਅਤੇ ਕਿੱਧਰੋਂ ਕਿਹਨੇ ਭੇਜਤਾ ਤਾਂ ਕੁਛ ਕਹਿ ਨਹੀਂ ਸਕਦੇ, ਪਰ ਰੱਬ ਦਾ ਸ਼ੁਕਰ ਹੈ ਦਾਤ ਦਿੰਦੇ ਹਾਂ SSB ਸਾਹਿਬ ਨਾਨਕ ਸਿੰਘ ਹੋਣਾ ਦੀ, ਉਹਨਾਂ ਨੂੰ ਸ਼ਾਬਾਸ਼ ਦਿੰਦੇ ਹਾਂ ਕਿ ਉਹਨਾਂ ਨੇ ਬਹੁਤ ਹੀ ਢੰਗ ਦੇ ਨਾਲ ਆਪ, ਅਗਰ ਤੁਸੀਂ ਵੀਡੀਓ ਦੇਖੀਆਂ ਹੋਣੀਆਂ, ਆਪ ਦੋਹਾਂ ਪਾਸਿਆਂ ਦੇ ਲੋਕਾਂ ਨੂੰ ਫੜ ਫੜ ਕੇ ਸਾਈਡ 'ਤੇ ਲਿਆ ਕੇ ਸਮਝਾਇਆ ਅਤੇ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਤਾਂ ਕੋਸ਼ਿਸ਼ ਉਹਨਾਂ ਦੀ ਉਹ ਇਹੀ ਸੀਗੀ ਵੀ ਕੰਮ ਭੜਕੇ ਕੰਮ ਮਗੇ ਚੰਗਾ, ਅਤੇ ਕੋਈ ਨਾ ਕੋਈ ਹੇਠਾਂ ਉੱਤਾ ਹੋਵੇ ਤਾਂ ਕਿ ਫਿਰ ਸਰਕਾਰ ਨੂੰ ਬਦਨਾਮ ਕਰੀਏ। ਲੱਗਦਾ ਇਉਂ ਹੀ ਹੈ ਵੀ ਉਹਨਾਂ ਨੂੰ ਹਜੇ ਫਿਲਹਾਲ ਟਿਕਣ ਨਹੀਂ ਦੇਣਾ, ਕਹਿੰਦੇ ਹੁੰਦੇ ਵੀ ਜਿਵੇਂ ਬਹੁਤ ਚਾਰ ਛਪੇਰਿਓਂ ਸਿਕੰਜਾ ਕੱਸਿਆ ਜਾ ਰਿਹਾ ਸਭ ਨੂੰ। ਮੈਂ ਜਿਵੇਂ ਪਹਿਲਾਂ ਗੱਲ ਕੀਤੀ ਹੈ ਡਾਕਟਰ ਸਾਹਿਬ ਨਾਲ ਕਿ ਫਿਕਰ ਵੀ ਲੱਗਿਆ ਹੋਇਆ ਵੀ ਜੇ ਇਸੇ ਸਪੀਡ ਨਾਲ ਚੱਲਦੇ ਰਹੇ ਤਾਂ ਮੈਨੂੰ ਲੱਗਦਾ ਵੀ ਕਿਹੜਾ ਲੀਡਰ ਹੋਊ ਪੰਜਾਬ ਦਾ ਜਿਹੜਾ ਬਚ ਸਕੂਗਾ, ਜਿਹਨੇ ਕੋਈ ਕਪਲਾ ਜਾਂ ਜਿਹਨੇ ਕੋਈ ਉਹ ਨਹੀਂ ਕੀਤਾ ਹੋਊਗਾ। ਸੋ ਤੁਸੀਂ ਇਸ ਘਟਨਾਕ੍ਰਮ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਜੀ ਪਟਿਆਲੇ ਵਾਲੇ? ਵਾਕਿਆ ਹੀ ਇਹ ਹਿੰਦੂ ਸਿੱਖ ਦਾ ਰੌਲਾ ਕੋਈ ਸੀਗਾ ਕਿਤੇ, ਜਾਂ ਇਹ ਰੌਲਾ ਪਾਇਆ ਗਿਆ, ਇੱਕ ਕੋਸ਼ਿਸ਼ ਕੀਤੀ ਗਈ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ, ਅਤੇ ਤੀਜੀ ਗੱਲ ਇਹ ਹੈ ਜੇ ਰੌਲਾ ਪੈ ਗਿਆ ਸੀਗਾ ਤਾਂ ਮੈਨੂੰ ਇਹ ਲੱਗਦਾ ਕਿ ਸਰਕਾਰ ਸਮੇਂ ਸਿਰ ਇਹਨੂੰ ਸਾਂਭ ਸਕਦੀ ਸੀ, ਕੋਈ ਧਾਰਾ 144 ਲਾ ਦਿੰਦੀ ਜਾਂ ਕੁਛ ਕਰ ਸਕਦੀ। ਪਰ ਸਰਕਾਰਾਂ ਦੇ ਕੰਮ ਕਿਵੇਂ ਕਰਨੇ ਉਹ ਸਰਕਾਰਾਂ ਨੂੰ ਜ਼ਿਆਦਾ ਪਤਾ, ਆਪਾਂ ਸਲਾਹ ਨਹੀਂ ਦੇ ਸਕਦੇ ਪਰ ਆਪਣੀ ਰਾਏ ਜਿਹੜੀ ਹੈਗੀ ਉਹ ਦੇ ਸਕਦੇ ਹਾਂ। ਸੋ ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ? ਆਪਾਂ ਕਾਲਾਂ ਜਿਹੜੀਆਂ ਲੈਣੀਆਂ ਤੁਹਾਡੀਆਂ, ਅਤੇ ਡਾਕਟਰ ਆਪਣੇ ਸਲਾਹ ਗੁਰਮੇਲ ਸਿੰਘ ਧੀਰ ਸਾਹਿਬ ਸਾਡੇ ਨਾਲ ਜੁੜੇ ਨੇ, ਇਹਨਾਂ ਦੀ ਕਾਲ ਆਪਾਂ ਲੈ ਲੈਂਦੇ ਹਾਂ ਜੀ। ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਵਾਗਤ ਹੈ ਸਰ ਜੀ। ਜੀ ਸਵਾਗਤ ਹੈ ਜੀ ਤੁਹਾਡਾ, ਅਤੇ ਇਹ ਦੇਖੀਆਂ ਹੋਣਗੀਆਂ ਧੀਰ ਸਾਹਿਬ ਵੀਡੀਓ ਵਗੈਰਾ ਕਾਫੀ ਵਾਇਰਲ ਹੋ ਰਹੀਆਂ ਨੇ, ਔਰ ਰੌਲਾ ਰੱਪਾ ਮੈਨੂੰ ਤਾਂ ਕਾਫੀ ਚੈਨਲਾਂ ਵਾਲਿਆਂ ਨੇ ਵੀ ਬੜਾ ਗੰਦ ਪਾਇਆ ਉੱਥੇ, ਹੋਰ ਹੀ ਕੁਛ ਦਿਖਾ ਕੇ ਭੜਕਾਉਣ ਦੀ ਕੋਸ਼ਿਸ਼ ਕੀਤੀ ਬਹੁਤ। ਮੀਡੀਆ ਤਾਂ ਜੱਗੀ ਜੀ ਉੱਥੇ ਇੰਨਾ ਬੇਸ਼ਰਮ ਹੋ ਗਿਆ ਕਿ ਉਹ ਏਦਾਂ ਭਾਸ਼ਣ ਦਿੰਦੇ ਨੇ ਵੀ ਜਿਵੇਂ ਕਿਤੇ ਅੱਗ ਹੁਣੇ ਲਾਉਣੀ ਹੁੰਦੀ ਆ ਉਹਨਾਂ ਨੇ, ਲਾਉਂਦੇ ਨੇ, ਲਾਉਂਦੇ ਵੀ ਨੇ, ਲਾਉਂਦੇ ਵੀ ਨੇ, ਆਊਟ ਆਫ ਕੰਟਰੋਲ। ਤੇ ਇਹਨਾਂ ਨੂੰ ਕੋਈ, ਦੇਖੋ ਇਹਨਾਂ ਦੀ ਕੋਈ ਹੱਦਬੰਦੀ ਨਹੀਂ ਹੈਗੀ। ਸਾਡੇ ਇਹਨਾਂ ਦੇਸ਼ਾਂ ਦੇ ਵਿੱਚ ਮੀਡੀਆ ਤੇ ਫੇਰ ਵੀ ਗੌਰਮੈਂਟ ਦਾ ਥੋੜਾ ਬਹੁਤਾ ਕੰਟਰੋਲ ਹੈਗਾ। ਤੁਸੀਂ ਕਿਸੇ ਦਾ, ਮੈਂ ਤੁਹਾਡੇ ਮੀਡੀਆ ਦੇ ਉੱਤੇ ਆ ਕੇ ਕਿਸੇ ਹੋਰ ਦਾ ਨਾਂ ਨਹੀਂ ਲੈ ਸਕਦਾ। ਹਾਂਜੀ, ਡਾਇਰੈਕਟ ਨਹੀਂ ਕਹਿ ਸਕਦੇ, ਪਤਾ ਨਾ ਤੁਹਾਨੂੰ ਨਾਂ ਨਹੀਂ ਲੈ ਸਕਦਾ ਕਿਸੇ ਦਾ। ਤੇ ਤੁਸੀਂ ਵੀ ਟ੍ਰਬਲ ਚ ਆ ਸਕਦੇ ਹੋ, ਮੈਂ ਵੀ ਆ ਸਕਦਾ, ਪਰ ਉੱਥੇ ਤਾਂ ਸ਼ਰੇਆਮ ਨਾਂ ਲੈਂਦੇ ਨੇ। ਹੁਣ ਤੁਸੀਂ ਦੇਖੋ ਜਿਹੜੀ ਇਹ ਹੈਗੀ ਆ ਆਪਣੇ ਸ਼ਿਵ ਸੈਨਾ,
ਇਸ ਨੂੰ ਬਣਾਉਣ ਵਾਲਾ ਭਾਰਤ ਦਾ 1968 ਦੇ ਵਿੱਚ ਉਸ ਵੇਲੇ ਦਾ ਗ੍ਰਹਿ ਮੰਤਰੀ ਬਾਈ ਵੀ ਚੌਹਾਨ ਸੀ, ਜਿਹਦਾ ਨਾਮ ਜਸਵੰਤ ਰਾਓ ਬਲਵੰਤ ਰਾਓ ਚੌਹਾਨ ਸੀ। ਅੱਛਾ ਜੀ। ਉਹਨੇ ਬੰਬਈ ਦੇ ਵਿੱਚ ਇਸਦੀ ਨੀਂਹ ਰੱਖੀ ਸੀ। ਇਹ ਅੱਜ ਤੋਂ ਨੀ ਇਸ ਤਰ੍ਹਾਂ ਦੇ ਪਟਿਆਲੇ ਵਿੱਚ ਕਰਦੇ ਇਹ ਮੁਜ਼ਾਹਰੇ ਜਾਂ ਇਹ ਝਗੜੇ, ਇਹ 1973 ਦੇ ਵਿੱਚ ਉਦੋਂ ਮੈਂ ਖੁਦ ਪਟਿਆਲੇ ਦੇ ਵਿੱਚ ਗਿਆ ਸੀ ਆਪਣੇ ਤਾਇਆ ਜੀ ਦੇ ਕੋਲ, ਮੇਰੇ ਉੱਥੇ ਤਾਇਆ ਜੀ ਰਹਿੰਦੇ ਸੀ, ਉੱਥੇ ਗਿਆ ਹੋਇਆ ਸੀ। ਉਦੋਂ ਜਨਸੰਘ ਪਾਰਟੀ ਹੁੰਦੀ ਸੀ, ਭਾਰਤੀ ਜਨਤਾ ਪਾਰਟੀ ਦਾ ਨਾਂ ਪਹਿਲਾਂ। ਇਹਨਾਂ ਦੋਨਾਂ ਨੇ ਸ਼ਿਵਸੈਨਾ ਤੇ ਜਨਸੰਘ ਨੇ ਮਿਲ ਕੇ ਰਾਮਨੌਮੀ ਦੇ ਉੱਤੇ ਇੱਕ ਜਲੂਸ ਕੱਢਿਆ ਸੀ, ਉੱਥੇ ਸਿੱਖਾਂ ਦੇ ਖਿਲਾਫ਼ ਭੜਕਾਊ ਭਾਸ਼ਣ ਦਿੱਤੇ। ਉਹ ਫਿਰ ਉੱਥੇ ਫਿਰ ਝਗੜੇ ਹੋ ਗਏ, ਲੜਾਈ ਝਗੜਾ ਹੋ ਗਿਆ, ਸਿੱਖ ਜਥੇਬੰਦੀਆਂ ਵੀ ਆ ਗਈਆਂ। ਉਦੋਂ ਤਾਂ 5-6 ਮੌਤਾਂ ਵੀ ਹੋ ਗਈਆਂ ਸੀ ਜੱਗੀ ਜੀ। ਅੱਛਾ। ਹਾਂ, ਇਹ ਉਹ 2 ਹਫ਼ਤੇ ਇਹ ਝਗੜਾ ਚੱਲਿਆ ਸੀ। ਉਦੋਂ ਪੰਜਾਬ ਦਾ ਚੀਫ ਮਿਨਿਸਟਰ ਹੁੰਦਾ ਸੀ ਗਿਆਨੀ ਜੈਲ ਸਿੰਘ, ਕਾਂਗਰਸੀ ਹਕੂਮਤ ਹੁੰਦੀ ਸੀ, ਪਰ ਇਹ ਐਂਟੀ ਕਾਂਗਰਸੀ ਇਹ ਜਨਸੰਘੀ ਤੇ ਸ਼ਿਵ ਸੈਨਾ ਵਾਲੇ, ਇਹਨਾਂ ਨੇ ਜਾਣ ਬੁੱਝ ਕੇ ਫਸਾਦ ਪਾਏ, ਫਿਰ ਫੜੇ ਵੀ ਗਏ ਬੰਦੇ ਦੋਨਾਂ ਪਾਸਿਆਂ ਦੇ। ਹੁਣ ਇੱਥੇ ਜੋ ਕੱਲ ਹੋਇਆ ਇਹ ਬਹੁਤ ਹੀ ਭੈੜਾ ਹੋਇਆ। ਅੱਛਾ ਠੀਕ ਆ, ਖਾਲਿਸਤਾਨ ਡੇ ਇੰਡੀਆ ਦੀ ਸੁਪਰੀਮ ਕੋਰਟ ਨੇ ਵੀ ਇਹ ਇਜਾਜ਼ ਦਿੱਤੀ ਹੋਈ ਆ ਵੀ ਜੇ ਕੋਈ ਸ਼ਾਂਤਮਈ ਢੰਗ ਨਾਲ ਆਪਣਾ ਕੋਈ ਮੂਵਮੈਂਟ ਚਲਾਉਂਦਾ ਉਹ ਕੋਈ ਇਤਰਾਜ਼ ਨੀ, ਹਾਂਜੀ, ਖਾਲਿਸਤਾਨ ਬਾਰੇ ਵੀ ਜਾਂ ਹੋਰ ਇੰਡੀਆ 'ਚ ਚੱਲਦੀਆਂ ਨੇ ਸ਼ਾਂਤਮਈ ਤਰੀਕੇ ਨਾਲ। ਤੇ ਜੇ ਇਹਨਾਂ ਨੇ ਕਿਉਂ ਇਹ ਭੜਕਾਊ ਭਾਸ਼ਣ ਦਿੱਤੇ ਉਹ ਸਿੱਖਾਂ ਦੇ ਖਿਲਾਫ਼, ਖਾਲਿਸਤਾਨ ਦੇ ਉਹਦੇ ਖਿਲਾਫ਼ ਜਾ ਕੇ ਕਿਉਂ ਇਹਨਾਂ ਨੇ ਉੱਥੇ ਮੁਜ਼ਾਹਰੇ ਕਰਨੇ ਸ਼ੁਰੂ ਕੀਤੇ? ਜਿਹੜੀ ਚੀਜ਼ ਹੈ ਹੀ ਨਹੀਂ ਉਹਦੇ ਖਿਲਾਫ਼ ਮੁਜ਼ਾਹਰਾ ਕਰਨ ਦੀ ਜ਼ਰੂਰਤ। ਦੂਜਾ ਇਹ ਹੈ ਕਿ ਦੋਨਾਂ ਧਿਰਾਂ ਵਾਲੇ ਪਾਸੋਂ ਇਹ ਕਿਹਾ ਜਾਂਦਾ ਕਿ ਪਟਿਆਲੇ ਪਿੰਡ ਦੇ ਤਾਂ ਬੰਦੇ ਹੈ ਹੀ ਬਹੁਤ ਘੱਟ ਸੀਗੇ, ਬਾਹਰੋਂ ਬੰਦੇ ਗਏ ਨੇ ਦੋਹਾਂ ਪਾਸੇ। ਹੁਣ ਆ ਗਈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ। ਹਾਂਜੀ ਹਾਂਜੀ, ਇਹਨਾਂ ਸਾਰੀਆਂ ਪਾਰਟੀਆਂ ਨੂੰ ਉਹਨਾਂ ਨੇ ਹਰਾ ਦਿੱਤਾ। ਭਾਜਪਾ ਦਾ ਤਾਂ ਕੋਈ ਵਜੂਦ ਹੁਣ ਹੈ ਹੀ ਨੀ ਗਾ, ਤੇ ਨਾ ਸ਼ਿਵ ਸੈਨਾ ਦਾ। ਬਿਲਕੁਲ ਬਿਲਕੁਲ। ਪਰ ਲੋਕਾਂ ਨੂੰ ਭੜਕਾ ਕੇ ਆਪਣੇ ਜਾਂ ਤਾਂ ਹੁਣ ਮਿਊਂਸੀਪਲ ਕਮੇਟੀ ਦੇ ਇਲੈਕਸ਼ਨ ਜਿੱਤਣੇ, ਜਿਹੜੇ ਆਉਣ ਵਾਲੇ ਆ ਮੇਰੇ ਖਿਆਲ ਚ ਮਿਊਂਸੀਪੈਲਿਟੀ ਦੇ ਇਲੈਕਸ਼ਨ, ਚਾਰ ਨਗਰ ਨਿਗਮਾਂ ਦੇ ਆਉਣ ਵਾਲੇ ਜੀ, ਚੌਂ ਦੇ ਡਿਊ ਨੇ। ਹਾਂਜੀ, ਚਾਰ ਨਗਰ ਨਿਗਮਾਂ ਦੇ ਡਿਊ ਨੇ ਜੀ। ਤੇ ਜਿਵੇਂ ਇਹਨਾਂ ਨੇ ਕਿਹਾ ਡਾਕਟਰ ਬਾਜਵਾ ਨੇ ਵੀ, ਪਰ ਉਹਦੀ ਸੰਭਾਵਨਾ ਨਹੀਂ ਲੱਗਦੀ ਵੀ ਇਸ ਤਰ੍ਹਾਂ ਦੇ ਹੱਥ ਕੰਡੇ ਵਰਤ ਕੇ ਇਹ ਨਹੀਂ ਕੋਈ ਵੀ ਕਿਤੇ ਕਾਮਯਾਬ ਹੋ ਜਾਊਗਾ ਹੁਣ ਅੱਜ ਦੇ ਸਮੇਂ 'ਚ ਪੰਜਾਬ 'ਚ। ਅੱਜ ਦੇ ਸਮੇਂ 'ਚ ਨਹੀਂ ਹੋਣਗੇ, ਪਰ ਜਿਹੜਾ ਕਈ ਵਾਰੀ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਦਿੰਦੇ ਨੇ, ਉਹਨਾਂ ਜਿਹਨਾਂ ਦੇ ਟੱਬਰਾਂ ਦੇ ਘਰ ਦੇ ਵਿੱਚ ਕੋਈ ਚੀਜ਼ ਮਰ ਜਾਂਦਾ, ਉਹਨਾਂ ਦਾ ਕੀ ਆ? ਇਹ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਦੇ ਆਉਣ ਵਾਲੇ ਨੇ ਇਲੈਕਸ਼ਨ ਨਗਰ ਨਿਗਮ ਦੇ। ਹਾਂਜੀ ਹਾਂਜੀ, ਤੇ ਇਹ ਲੋਕੀ ਹਰ ਵਾਰੀ ਇਹੀ ਕੁਛ ਕਰਦੇ ਨੇ ਆਪਣੇ ਫਾਇਦੇ ਲਈ, ਆਪਣੇ ਮਫਾਦ ਦੇ ਲਈ ਇਹ ਲੋਕਾਂ ਨੂੰ ਬਰੀ ਦੇ ਬੱਕਰੇ ਬਣਾਉਂਦੇ ਨੇ, ਆਪ ਫਿਰ ਕੁਰਸੀਆਂ ਸਾਂਭਦੇ ਨੇ। ਸਾਰੀ ਇੰਡੀਆ ਦੀ ਪੋਲੀਟਿਕਸ ਬਹੁਤ ਗੰਦੀ ਪੋਲੀਟਿਕਸ ਆ। ਸਾਡੇ ਵੀ ਇੱਥੇ ਇਲੈਕਸ਼ਨ ਹੁੰਦੇ ਆ, ਪਰ ਸਾਡੇ ਜਿਹੜੇ ਇਲੈਕਸ਼ਨ ਨੇ ਇੱਥੇ ਲੋਕੀ ਬੜੇ ਸਿਆਣੇ ਨੇ। ਹਾਂਜੀ, ਕੋਈ ਲੋਕ ਪੂਰੀ ਨਜ਼ਰ ਰੱਖਦੇ ਆ, ਇੱਥੇ ਇਹੋ ਜਿਹੀ ਕੋਈ ਝਗੜਾ ਨਹੀਂ ਹੁੰਦਾ, ਨਾ ਕੋਈ ਇਹੋ ਜਿਹੀਆਂ ਉਹ ਬੇਵਕੂਫੀਆਂ ਕਰਦੇ ਆ। ਲੋਕ ਕਹਿੰਦੇ ਆ ਵੀ ਇਹ ਜਿਹੜੇ ਰਾਜਨੀਤਿਕ ਲੀਡਰ ਨੇ ਇਹਨਾਂ ਦੀ ਆਪਣੀ ਇੱਕ ਜੌਬ ਆ, ਇਹਨਾਂ ਨੇ ਜਿਹੜੇ ਵਿਰੋਧੀ ਆ ਉਹਨਾਂ ਦੀ ਇੱਕ ਜੌਬ ਆ, ਉਹਨਾਂ ਨੂੰ ਕੰਮ ਮਿਲਿਆ ਕਿ ਤੁਸੀਂ ਭਾਈ ਵਿਰੋਧ ਕਰਨਾ ਹੀ ਕਰਨਾ। ਹਾਂਜੀ, ਔਰ ਸਮਝਦੇ ਵੀ ਨੇ। ਹੁਣ ਤੁਸੀਂ ਦੇਖੋ ਕੈਨੇਡਾ ਅਮਰੀਕਾ ਦੇ ਵਿੱਚ ਪੋਲੀਟੀਸ਼ੀਅਨ ਜਿਹੜੇ ਆਉਂਦੇ ਆ ਜਦੋਂ ਰਿਟਾਇਰ ਹੋ ਜਾਂਦੇ ਆ ਪਾਸੇ ਹੋ ਜਾਂਦੇ ਆ। ਹਾਂਜੀ, ਤੇ ਆਪਣੇ ਟਾਈਮ ਤੋਂ ਪਹਿਲਾਂ ਹੀ ਸਾਡੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਪਹਿਲਾਂ ਹੀ ਰਿਟਾਇਰ ਹੋ ਜਾਂਦੇ ਨੇ, ਜਾਂ ਜਿਹੜੇ ਇੱਥੇ ਪ੍ਰੀਮੀਅਰ ਸੂਬਿਆਂ ਦੇ ਮੁੱਖ ਮੰਤਰੀ। ਪਰ ਉੱਥੇ ਦੇ ਤਾਂ ਚਾਹੇ 10 ਵਾਰੀ ਹਾਰ ਜਾਣ, ਐਡੇ ਬੇਸ਼ਰਮ ਨੇ, ਉਹ ਮੁੜ ਮੁੜ ਕੇ ਫਿਰ ਦਖਲ ਦਿੰਦੇ ਆ ਕੇ। ਹਾਂ, ਦਖਲ ਦਿੰਦੇ, ਟੰਗ ਉਹਨਾਂ ਨੇ ਅੜਾਉਣੀ ਆਪਣੀ। ਜਵਾਨਤਰੀ ਹੋਣੀ ਚਾਹੀਦੀ, ਨਹੀਂ ਤਾਂ ਦੂਜੇ ਦਿਨ ਜਵਾਨਤ ਹੋ ਜਾਂਦੀ ਹੈ ਇੱਕ ਡਰਾਮੇਬਾਜ਼ੀ। ਤੇ ਇਸ ਕਰਕੇ ਇਹਨਾਂ ਲੋਕਾਂ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਜੇ ਸ਼ਾਂਤੀ ਰੱਖਣੀ ਆ। ਬਿਲਕੁਲ ਜੀ, ਬਹੁਤ ਮਿਹਰਬਾਨੀ। ਵੈਸੇ ਇੱਕ ਜਿਹੜਾ ਹੋਰ ਆਖਰੀ ਸਵਾਲ ਇਹ ਸੀਗਾ ਕਿ, ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਆਖਰੀ ਸਵਾਲ ਮੈਂ ਇਹ ਕਰਨਾ ਚਾਹੁੰਦਾ ਸੀ ਕਿ ਕੀ ਇਹ ਟਾਲਿਆ ਜਾ ਸਕਦਾ ਸੀ ਕਿ ਨਹੀਂ ਟਾਲਿਆ ਜਾ ਸਕਦਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਣ ਰਹੋ ਆਪਣਾ ਰਾਜਕੁਮਾਰ ਜੀ, ਰਾਜਕੁਮਾਰ ਜੀ, ਸਤਿ ਸ਼੍ਰੀ ਅਕਾਲ ਜੀ, ਆਉਣ ਰਹੋ। ਹੈਲੋ, ਕਾਫੀ ਦੇਰ ਤੋਂ ਹੋਲਡ ਸੀ ਕਾਰ ਜੀ ਤੁਹਾਡੀ।
ਰਾਜਕੁਮਾਰ ਜੀ 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 ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਂਦੇ ਰਹੋ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਲੇਟ ਕਾਫੀ ਆਇਆ ਹੋ ਗਿਆ ਨਾ ਅਤੇ ਹਾਂਜੀ ਕੀ ਵਿਚਾਰ ਨੇ ਜੀ ਨਹੀਂ ਟੀ ਵੀ ਵੱਲ ਨਾ ਧਿਆਨ ਦਿਓ ਟੀ ਵੀ ਵੱਲ ਨਾ ਧਿਆਨ ਦਿਓ ਤੁਸੀਂ ਆਪਣੇ ਵਿਚਾਰ ਰੱਖੋ ਬਹੁਤ ਵਧੀਆ ਹੋ ਰਿਹਾ ਜੋ ਵੀ ਕਰ ਰਹੇ ਤੁਸੀਂ ਅੱਛਾ ਕਰਦੇ ਹੋ ਨਹੀਂ ਅਸੀਂ ਤਾਂ ਚਲੋ ਜੋ ਕਰ ਰਹੇ ਪਟਿਆਲਾ ਦੇ ਵਿੱਚ ਜੋ ਹੋਇਆ ਉਹ ਕਿਵੇਂ ਦਾ ਹੋਇਆ ਕਿਉਂ ਹੋਇਆ ਟਾਲਿਆ ਜਾ ਸਕਦਾ ਸੀ ਜੀ ਮੁੱਖ ਮੰਤਰੀ ਬਹੁਤ ਸਾਵਧਾਨ ਹੈ ਸਾਨੂੰ ਉੱਥੇ ਜ਼ਿਆਦਾ ਵਿਸ਼ਵਾਸ ਹੈ ਉੱਥੇ ਸਾਨੂੰ ਮੌਕੇ ਦੇ ਵਿੱਚ ਬੜੇ ਸੋਚਿਆ ਅਤੇ ਮੈਨੂੰ ਪਤਾ ਉਹ ਬੜੇ ਸੋਚਿਆ ਜੀ ਚਲੋ ਬਹੁਤ ਮਿਹਰਬਾਨੀ ਜੀ ਕਾਲ ਰਹਿਣ ਬਿਲਕੁਲ ਜੀ ਬਿਲਕੁਲ ਚਲੋ ਬੜੀ ਮਿਹਰਬਾਨੀ ਜੀ ਤੁਹਾਡੀ ਬਹੁਤ ਮਿਹਰਬਾਨੀ ਜੀ ਇਹ ਵਾਕਿਆ ਹੀ ਗੱਲ ਸਹੀ ਆ ਕਿ ਹੁਣ ਪੰਜਾਬ ਨੂੰ ਬਚਾਉਣ ਦੀ ਲੋੜ ਹੈਗੀ ਆ ਪਰ ਉਹਦੇ 'ਚ ਸਾਥ ਮਿਲਦਾ ਨਹੀਂ ਮਿਲਦਾ ਪਹਿਲੀ ਗੱਲ ਤਾਂ ਪੰਜਾਬ ਦੇ ਲੋਕਾਂ ਦਾ ਕਿਉਂਕਿ ਉਹਨਾਂ ਦੀ ਜਿਹੜੀ ਜਿੰਨੀ ਕੋਈ ਮੇਰੀ ਗੱਲ ਹੋਈ ਸੀ ਉਹ ਕਹਿੰਦੇ ਜੀ ਚਾਹੇ ਆਮ ਆਦਮੀ ਪਾਰਟੀ ਦਾ ਬੰਦਾ ਕੋਈ ਮੰਤਰੀ ਹੈ ਸੰਤਰੀ ਹੈ ਚਾਹੇ ਕੋਈ ਕਿਸੇ ਪਾਰਟੀ ਦਾ ਹੈਗਾ ਚਾਹੇ ਕੋਈ ਉਪ ਮੁੱਖ ਮੰਤਰੀ ਸੀ ਚਾਹੇ ਕੋਈ ਸਾਬਕਾ ਮੰਤਰੀ ਸੀਗਾ ਅਤੇ ਚਾਹੇ ਕੋਈ ਆਮ ਬੰਦਾ ਹੈਗਾ ਆਮ ਬੰਦੇ ਤੋਂ ਭਾਵ ਜਿਹੜੇ ਆਮ ਅਸੀਂ ਘਰੇਲੂ ਲੋਕ ਹੈਗੇ ਹਾਂ ਵੀ ਜਿਹੜਾ ਵੀ ਡਿਫਾਲਟਰ ਹੋਇਆ ਸਾਰਾ ਕੰਮ ਸੂਦ ਤਾਂ ਹੀ ਆਉਣਾ ਇਹ ਨਹੀਂ ਹੋਣਾ ਵੀ ਅਸੀਂ ਇੱਕ ਦੇ ਖਿਲਾਫ਼ ਤਾਂ ਕਾਰਵਾਈ ਕਰ ਦਈਏ ਅਤੇ ਦੂਜੇ ਨੂੰ ਕਹਿ ਦਈਏ ਵੀ ਚੱਲ ਕੋਈ ਗੱਲ ਨਹੀਂ ਅਤੇ ਇਹ ਨਹੀਂ ਹੋਣਾ ਇਹ ਇੱਕ ਵਾਰੀ ਤਾਂ ਲੋਕ ਵੀ ਔਖੇ ਹੋਣਗੇ ਬਹੁਤ ਲੀਡਰ ਤਾਂ ਔਖੇ ਹੈ ਹੀ ਹੈ ਲੋਕ ਵੀ ਔਖੇ ਹੋਣਗੇ ਹੁਣ ਜਿਹੜੀ ਅੱਜ 10 ਏਕੜ ਇੱਕ ਜ਼ਮੀਨ ਉਹਨਾਂ ਨੇ ਛਡਵਾਈ ਆ ਉਹ ਅਧਿਕਾਰੀ ਗਏ ਆ ਅਤੇ ਉਹਨਾਂ ਨੇ ਕਬਜ਼ਾ ਖਾਲੀ ਕਰਾ ਲਿਆ ਅਤੇ ਇੱਕ ਹੁਣ ਜਿਹੜੀ ਖੇਤੀਬਾੜੀ ਮੰਤਰੀ 27,000 ਏਕੜ ਦੀ ਗੱਲ ਕਰ ਰਹੇ ਸੀ ਪਹਾੜਾਂ ਦੇ ਵਿੱਚ ਪਈ ਆ 27,000 ਏਕੜ ਖੁਰਦ ਬੁਰਦ ਕੀਤੀ ਹੋਈ ਉਹ ਤਾਂ ਇੰਨਾ ਕੁ ਤਫੇ ਪਏ ਸੀ ਕਹਿੰਦੇ ਪੰਡਾਂ ਦੀਆਂ ਪੰਡਾਂ ਦੋਹੀਂ ਹੱਥੀਂ ਲੁੱਟ ਕੇ ਲੈ ਗਏ ਕਾਂਗਰਸ ਅਤੇ ਅਕਾਲੀ ਦਲ ਸਾਰੇ ਕਿਤੇ ਸਾਹਮਣੇ ਲਿਆਉਣੇ ਆ ਸੋ ਸਾਹਮਣੇ ਲਿਆਉਣ ਦਾ ਗੱਲ ਸਹੀ ਆ ਪਰ ਢੰਗ ਸਿਰ ਹੀ ਲਿਆਉਣੇ ਪੈਣਗੇ ਕਿਉਂਕਿ ਬੰਦੇ ਤਾਂ ਹੁਣ ਸਾਰੇ ਪੁਰਾਣੇ ਧਨਾੜ ਨੇ ਪੁਰਾਣੇ ਖਾਂਗ ਜਿਹਨੂੰ ਅਸੀਂ ਕਹਿ ਦਿੰਦੇ ਉਹ ਨੇ ਸੋ ਉਹ ਸਾਰੀਆਂ ਚੀਜ਼ਾਂ ਧਿਆਨ ਰੱਖ ਕੇ ਇਹਨਾਂ ਨੂੰ ਕੰਮ ਕਰਨਾ ਪੈਣਾ ਬਾਕੀ ਦੇਖੋ ਜੀ ਘਰੋ ਘਰੀ ਸਾਰੇ ਹੀ ਸਿਆਣੇ ਆ ਉਮੀਦ ਕਰਦੇ ਹਾਂ ਵਧੀਆ ਕੰਮ ਹੋਊਗਾ ਅਤੇ ਗੱਲ ਹੁਣ ਪਟਿਆਲੇ ਦੀ ਜਿਹੜੀ ਹੈ ਬ੍ਰੇਕ ਤੋਂ ਬਾਅਦ ਫਿਰ ਅਸੀਂ ਕਰਾਂਗੇ ਕਿ ਪਟਿਆਲੇ ਦੇ ਵਿੱਚ ਕੀ ਹੋਇਆ ਅਤੇ ਕਿਉਂ ਹੋਇਆ ਅਤੇ ਕਿਵੇਂ ਇਹ ਟਾਲਿਆ ਜਾ ਸਕਦਾ ਸੀ ਜਾਂ ਗਾਬਾ ਅੱਗੇ ਵੀ ਇਹੋ ਜਿਹੇ ਹੋਣ ਦੀ ਕੀ ਸੰਭਾਵਨਾ ਪਰ ਫਿਲਹਾਲ ਮੈਨੂੰ ਇਹ ਲੱਗਦਾ ਕਿ ਜਿੱਥੇ ਪੁਲਿਸ ਨੇ ਵਧੀਆ ਕੰਮ ਕੀਤਾ ਉੱਥੇ ਆਮ ਲੋਕਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਲੋਕ ਕੁਝ ਕੁ ਲੋਕਾਂ ਨੂੰ ਛੱਡ ਕੇ ਉਸ ਤਰ੍ਹਾਂ ਦੇ ਭੜਕਾਊ ਗੱਲਾਂ ਦੇ ਵਿੱਚ ਨਹੀਂ ਆਏ ਕਿ ਕੋਸ਼ਿਸ਼ ਕੀਤੀ ਉਹਨਾਂ ਨੇ ਪੂਰੀ ਕਿ ਇੱਥੇ ਵੀ ਵੱਢ ਟੁੱਕ ਹੋ ਜਾਏ ਕਿਰਪਾਨਾਂ ਨੰਗੀਆਂ ਲਈ ਫਿਰਦੇ ਸੀ ਉੱਧਰਲੇ ਵੀ ਤਾਂ ਉੱਧਰਲੇ ਵੀ ਪਰ ਬਚਾਅ ਹੋ ਗਿਆ ਪਰਮਾਤਮਾ ਦੀ ਕਿਰਪਾ ਅਤੇ ਜ਼ਰੂਰ ਬ੍ਰੇਕ ਤੋਂ ਬਾਅਦ ਫਿਰ ਗੱਲ ਕਰਾਂਗੇ ਦੇਖਦੇ ਰਹੋ ਜਸ ਪੰਜਾਬੀ ਹਾਂਜੀ ਹਾਜ਼ਰ ਹੈ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤਾਂ ਥੋੜ੍ਹਾ ਜਿਹਾ ਸਮਾਂ ਬਚਿਆ ਉਹਦੇ 'ਚ ਫਿਰ ਕਾਲਾਂ ਹੀ ਲੈ ਲੈਂਦੇ ਇੱਕ ਅੱਧੀ ਗੱਲਬਾਤ ਵੀ ਥੋੜ੍ਹੀ ਜਿਹੀ ਹੋਰ ਸੀਗੀ ਪਰ ਕਾਲ ਜਿਹੜੀ ਆ ਉਹ ਵੀ ਜ਼ਰੂਰੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਉਣੇ ਰਹੋ ਜੀ 414 ਏਰੀਆ ਕੋਡ ਵੰਡੀਆਂ ਪਾਉਣ ਲਈ ਪਾੜੇ ਪਾਉਣ ਵਾਸਤੇ ਕਿਹੜੇ ਲੋਕ ਸਾਰੇ ਜਿੰਨੇ ਵੀ ਪੁਰਾਣੇ ਲੀਡਰ ਆ ਨਾ ਜੀ ਸਾਰੇ ਨੂੰ ਆਪਣਾ ਪਾਲਾ ਮਾਰ ਰਿਹਾ ਜੀ ਜਿਸ ਤਰ੍ਹਾਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਦੋ ਪਾਰਟੀਆਂ ਪੰਜਾਬ ਦੀਆਂ ਇਕੱਠੀਆਂ ਹੋ ਗਈਆਂ ਸੀ ਹਾਂ ਹੁਣ ਇਹ ਦੋ ਤਾਂ ਇੱਥੇ ਹੈ ਹੀ ਹੈ ਪੰਜਾਬ 'ਚ ਇਹਨਾਂ ਦੇ ਉਲਟ ਤੇ ਹੁਣ ਸੈਂਟਰ ਸਰਕਾਰ ਨੂੰ ਆਪਣਾ ਪਾਲਾ ਪਿਆ ਸੈਂਟਰ ਦੀਆਂ ਪੁਰਾਣੀਆਂ ਪਾਰਟੀਆਂ ਨੂੰ ਆਪਣਾ ਪਾਲਾ ਪਿਆ ਵੀ 2024 ਦੇ ਵਿੱਚ ਸਾਡਾ ਕੀ ਬਣੂਗਾ ਬਿਲਕੁਲ ਅਤੇ ਉਹ ਹਰ ਹੀਲਾ ਕਰ ਰਹੇ ਨੇ ਕਿ ਸਰਕਾਰ ਡਿਸਟਰਬ ਹੋਵੇ ਕੰਮ ਕਾਰ ਨਾ ਕਰ ਸਕੇ ਇਹਦੇ ਵਿੱਚ ਜਿਹੜੇ ਪੁਰਾਣੇ ਅਫਸਰ ਆ ਨਾ ਲੱਗੇ ਉਹਨਾਂ ਦੇ ਵੇਲੇ ਦੇ ਉਹ ਵੀ ਨਾਲ ਰਲ ਸਕਦੇ ਇਹਨਾਂ ਦੇ ਹਾਂ ਆਹ ਵੀ ਬਹੁਤ ਵੱਡਾ ਪੁਆਇੰਟ ਆ ਜੀ ਉਹ ਵੀ ਸ਼ੈਤਾਨੀ ਕਰ ਸਕਦੇ ਕਿਉਂਕਿ ਰੋਟੀ ਪਾਣੀ ਉਹਨਾਂ ਦਾ ਵੀ ਬੰਦ ਹੋ ਗਿਆ ਹਾਂ ਰਾਸ਼ਨ ਪਾਣੀ ਜਿਹੜੇ ਪੁਰਾਣੇ ਮੰਤਰੀਆਂ ਨੇ ਇੰਨੀਆਂ ਜਾਇਦਾਦਾਂ ਬਣਾਈਆਂ ਦੋ ਨੰਬਰ 'ਚ ਉਹਨਾਂ ਨੂੰ ਮੇਨਟੇਨ ਕਰਨ ਵਾਸਤੇ ਪੈਸੇ ਚਾਹੀਦੇ ਹੁਣ ਤਾਂ ਉਹਨਾਂ ਦੀ ਆਪੇ ਡੁੱਬ ਜਾਣੀਆਂ ਉਹ ਹੋ ਜਾਣਾ ਜੀ ਮੁੜ ਕੇ ਹੁਣ ਜਿਹੜੇ ਮੁਲਾਜ਼ਮਾਂ ਨੇ ਪੁਲਿਸ ਵਾਲਿਆਂ ਨੇ ਤਨਖਾਹ ਪਤਾ ਹੀ ਨਹੀਂ ਹੁੰਦਾ ਸੀ ਕਿੰਨੀ ਆਉਂਦੀ ਹੈ ਸਿੱਧੀ ਅਕਾਊਂਟ ਦੇ ਵਿੱਚ ਆਉਂਦੀ ਸੀ ਅਤੇ ਉਹਦਾ ਪਤਾ ਹੀ ਨਹੀਂ ਹੁੰਦਾ ਸੀ ਕਿੰਨੀ ਆਉਂਦੀ ਹੈ ਨਾ ਉਹਦੀ ਕਦੇ ਲੋੜ ਹੀ ਪਈ ਸੀ ਵਰਤਣ ਦੀ ਤਾਂ ਉੱਦਾਂ ਹੀ ਸਰੀ ਸੁਰੀ ਜਾਂਦਾ ਸੀ ਹੁਣ ਤਾਂ ਸਾਰਿਆਂ ਦਾ ਕੰਮ ਧੰਦਾ ਉਹ ਬੰਦ ਹੋ ਗਿਆ
ਇਹ ਸਭ ਤੋਂ ਵੱਡੀ ਪ੍ਰੋਬਲਮ ਉੱਥੋਂ ਤਾਂ ਛੱਡੋ, ਜਿਹੜੇ ਛੋਟੇ ਛੋਟੇ 14 ਪਿੰਡਾਂ ਸੀ ਉਹਨਾਂ ਨੂੰ ਬੜੀ ਤਕਲੀਫ ਹੋ ਰਹੀ ਹੈ। ਈਵਨ ਸਰਪੰਚਾਂ ਨੇ ਬੜਾ ਜਿਹੜਾ ਖਾਧਾ ਪੈਸਾ ਸਰਕਾਰ। ਹਾਂ ਉਹ ਅਜੇ ਤਾਂ ਉਹਨਾਂ ਦੀ ਵਾਰੀ ਆਉਣੀ ਚਾਹੀਦੀ ਹੈ। ਹਾਂ ਨਹੀਂ ਵਾਰੀ ਸਾਧਦੀ ਹੈਗੀ। ਅਤੇ ਪਟਿਆਲੇ ਵਾਲੀ ਘਟਨਾ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਆਪਣਾ? ਪਟਿਆਲੇ ਵਾਲੀ ਘਟਨਾ ਨੂੰ ਬਿਲਕੁਲ ਜੀ ਇਹ ਜਾਣ ਕੇ ਸਿਆਪਾ ਖੜਾ ਕਰਨ ਨੂੰ ਫਿਰਦੇ, ਪਰ ਹੋਣਾ ਨਹੀਂ, ਲੋਕ ਬਹੁਤ ਸਿਆਣੇ ਹੋ ਗਏ, ਸਿਆਣੇ ਹੋ ਗਏ। ਔਰ ਕਮਾਲ ਦੀਆਂ ਸਪੀਚਸ ਸੀਗੀਆਂ ਜੀ ਹਿੰਦੂ ਸੰਗਠਨ ਵੱਲੋਂ ਉਹਨੀਆਂ ਗੱਗੀ ਪੰਡਿਤ ਦੀਆਂ ਅਤੇ ਆਪਣੇ ਸਿੰਘਾਂ ਦੀਆਂ ਵੀ ਬੜੀਆਂ, ਵੀ ਸਾਡੇ ਪਰਿਵਾਰ ਸਾਂਝੇ ਨੇ, ਸਾਡੇ ਘਰ ਬਾਰ ਸਾਂਝੇ ਨੇ, ਸਾਡੇ ਤਾਂ ਕਿਉਂ ਪਾਉਣ ਦੀ ਕੋਸ਼ਿਸ਼ ਕਰ ਰਹੇ? ਨਹੀਂ ਹੋ ਸਕਦਾ, ਇਹਨਾਂ ਨੇ ਆਪ ਹੀ ਬਾਅਦ 'ਚ ਮੁੱਦੇ ਮੂੰਹ ਡਿੱਗਣਾ, ਆਮ ਆਦਮੀ ਪਾਰਟੀ ਨੂੰ ਕੁਛ ਨਹੀਂ ਹੋ ਸਕਦਾ। ਹਾਂਜੀ, ਉਹਨਾਂ ਤੋਂ ਕੋਈ ਮੈਜੋਰਟੀ ਕਾਫੀ ਜ਼ਿਆਦਾ, ਪਰ ਹੁਣ ਕੰਮ ਕੁੰਮ ਵੀ ਕਾਫੀ, ਮਤਲਬ ਬਾਕੀ ਤਾਂ ਕੰਮ ਜਿਹੜੇ ਕਰ ਹੀ ਰਹੇ ਨੇ, ਪਰ ਪੰਗਾ ਇਹ ਪੈਣਾ 5 ਸਾਲਾਂ 'ਚ ਨਿਕਲੇ, ਇਹਨਾਂ ਕੋਈ 1 ਮਹੀਨੇ 'ਚ ਕਿਉਂ ਭਾਲਦੇ ਹੋਣੇ, ਇਹਨਾਂ ਨੂੰ ਸਾਲ ਕੁ ਤਾਂ ਦੇਣ ਘੱਟੋ ਘੱਟ। ਹਾਂਜੀ, ਕੰਮ ਤਾਂ ਚਲੋ ਕਰ ਹੀ ਰਹੇ ਨੇ, ਪਰ ਪੰਗਾ ਇਹ ਪੈਣਾ ਵੀ ਜਦੋਂ ਲੀਡਰਾਂ ਦੇ ਤੱਕ ਸੇਕ ਜਾਣਾ ਹੈਗਾ ਇਹਦਾ, ਉਦੋਂ ਪੰਗਾ ਪੈਣਾ, ਉਦੋਂ ਉਹਨਾਂ ਨੇ ਹਰ ਹੱਥ ਕੰਡਾ ਵਰਤਣਾ ਹੈ। ਪ੍ਰੋਗਰਾਮ ਦਾ ਸਮਾਂ ਵੀ ਖਤਮ ਹੈ, ਸੋ ਉਮੀਦ ਕਰਦੇ ਹਾਂ ਜੀ ਜਿਹੜੀ ਪਟਿਆਲੇ ਘਟਨਾ ਹੋਈ ਆ, ਇਹਦੂ ਪਹਿਲਾਂ ਮੈਂ 2 ਘਟਨਾਵਾਂ ਦਾ ਜ਼ਿਕਰ ਕੀਤਾ, ਕਿਸਾਨਾਂ ਵਾਲਾ ਮੋਰਚੇ ਦੇ ਵਿੱਚ ਵੀ ਪੂਰੀ ਕੋਸ਼ਿਸ਼ ਕੀਤੀ ਗਈ ਆ ਪਾੜ ਪਾਉਣ ਦੀ, ਅਤੇ ਉਹਦੇ ਵਿੱਚ ਵੀ ਪੂਰੀ ਕੋਸ਼ਿਸ਼ ਕੀਤੀ ਗਈ ਆ, ਪੰਜਾਬ ਹਰਿਆਣਾ ਨੂੰ ਆਪਸ ਦੇ ਵਿੱਚ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਆ, ਅਤੇ ਹੁਣ ਹਿੰਦੂ ਹੋਰ ਕੁਛ ਨਹੀਂ ਲੱਭਾ ਅਤੇ ਹਿੰਦੂ ਸਿੱਖ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਸ ਦੇ ਵਿੱਚ ਲੜਾਉਣ ਦੀ ਕੋਸ਼ਿਸ਼ ਕੀਤੀ ਹੈ, ਜਦਕਿ ਇਹ ਚੀਜ਼ ਦਾ ਕਿਤੇ ਨਾਮੋ ਨਿਸ਼ਾਨ ਹੀ ਨਹੀਂ ਹੈਗਾ। ਔਰ ਮੌਕਾ ਸਾਂਭ ਲਿਆ ਲੋਕਾਂ ਨੇ, ਬੜੀ ਚੰਗੀ ਗੱਲ ਆ। ਸੋ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਜਿਹੜਾ ਵੀ ਬੰਦਾ ਇਹੋ ਜਿਹਾ ਕੰਮ ਕਰਾਉਂਦਾ ਹੈ ਸੋਚ ਸਮਝ ਕੇ ਕਰਾਊਗਾ, ਅਤੇ ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ, ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੂੰ ਵੀ ਭਾਈ ਬਹੁਤ ਹੀ ਫੂਕ ਫੂਕ ਕੇ ਜਿਹਨੂੰ ਕਹਿੰਦੇ ਹੁੰਦੇ ਕਦਮ ਰੱਖਣਾ ਪੈਣਾ। ਬਹੁਤ ਵੱਡੇ ਕੰਡੇ ਹੀ ਨਹੀਂ ਹੈਗੇ ਰਾਹ ਦੇ ਵਿੱਚ, ਅੱਗ ਦੇ ਅੰਗਾਰ ਨੇ, ਉਹਦੇ ਵਿੱਚੋਂ ਲੰਘ ਕੇ ਜਾਣਾ ਪੈਣਾ। ਸੋ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਹਿੰਦਾ। ਸੋ ਉਮੀਦ ਕਰਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਊਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਅਤੇ ਮੇਰਾ ਸੈੱਲ ਨੰਬਰ 209-450-3362, ਕਿਤੇ ਵੀ ਸੰਪਰਕ ਕਰ ਸਕਦੇ ਹੋ। ਕੋਈ ਐਡ ਦੇਣੀ ਹੈ, ਕੋਈ ਬਿਜ਼ਨਸ ਦੀ ਪ੍ਰਮੋਸ਼ਨ ਕਰਨੀ ਹੈ, ਕੋਈ ਕਮਿਊਨਿਟੀ ਦੀ ਖਬਰਸਾਰ ਹੈ, ਕੋਈ ਖੇਡ ਮੇਲਾ, ਸੱਭਿਆਚਾਰਕ ਮੇਲਾ, ਕੋਈ ਨਗਰ ਕੀਰਤਨ, ਕੀਰਤਨ ਕੋਈ ਵੀ ਲਾਈਵ ਕਰਾਉਣਾ ਪੂਰੀ ਵਰਲਡ ਵਾਈਡ ਦੁਨੀਆ ਦੇ ਵਿੱਚ, ਤਾਂ ਜ਼ਰੂਰ ਤੁਸੀਂ ਸੰਪਰਕ ਕਰ ਸਕਦੇ ਹੋ। ਹੁਣ ਅਖੀਰ ਦੇ ਵਿੱਚ ਆਗਿਆ ਦਿਓ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ। ਜੀਵੇ ਪੰਜਾਬ, ਜੀਵੇ ਪੰਜਾਬੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਦਾ ਭਲਾ।